पंजाबी टीवी देख रहे सारे दर्शकों नूं सत श्री अकाल। मैं जस ब्राड खुलियां गल्लां प्रोग्राम लैके हाजिर हो गया। तो अज वाले प्रोग्राम दे विच खुलियां गल्लां बातां करन लई स्पैशल पंजाब तों आए हुए आ ऊषा मैडम जी, जिहड़े कि अकाउंट अफसर पंजाब यूनीवर्सिटी लुधियाणा दे विच लंबा तजर्बा उहनां दा, लंबे टाइम तो जॉब करते हैं तो बहुत सारी जिहड़ी अवेयरनैस दिंदे आ, तो अज उहनां नाल असीं गल्लबात करनी उत्थों दा तो इतों का की फर्क आ, इतने बच्चों मिलने आए हुए आ, इतने आके की वधिया लग्या, जिंदगी दे विच किदां दे तजर्बे रहे आ, ते जां कुछ असी टच जिहड़ा छूवांगे जी, जिहड़े किसान किसानां नूं किदां अवेयर करदे आ, किदां जिहड़ा यूथ आ नवा यूथ आउंदा उहनां नूं खेतीबाड़ी नाल जोड़दे आ जां किसानां नाल जोड़दे आ, इहदे ते रहेगी गल्लबात। ते हमेशा दी तरह मेरे नाल मेरे पार्टनर जगसीर शर्मा जी, पहला उन्हों का करते जी स्वागत। स्वागत है जी तुहाडा शर्मा। पंजाब टीवी चैनल की पूरी टीम, पंजाब टीवी चैनल नाल जुड़े दर्शक ते ब्राड हाउस, तुहानू सब नू प्यार भरी सत श्री अकाल जी। हाँ ऊषा मैडम जी, तुहाडा भी निघा स्वागत पंजाब टीवी ते। पंजाब टीम नू और पंजाब टीम दे सुनण वाले श्रोतियां नू ऊषा शर्मा का बहुत बहुत सत्कारयोग सत श्री अकाल। इत्थे आया ते जी बिल्कुल जी, असी हुण शर्मा जी जिदा मैडम साहब आए आ, तो चलो बहुत असी लकी हाँ कि तजर्बेकार जिन्हां नूं मिलदा मौका मिलदा जां जिन्हां नाल गल्लबात करके कुछ ना कुछ सीखण नूं मिलदा। तो अज हुण आपां पहलां भी जिहड़ी ऑफ द ईयर गल्लबात करदे सी, किन्नियां डूंघियां किन्नियां वधिया गल्लां बातां जिहड़ियां उहनां ने सानूं दस्सियां, ते कई वार इह चीज़ां दा पता वी नहीं हुंदा। की कहना चाहो ब्राड साहब? सपना इक्को इक मकसद हुंदा है इस चैनल ते बैठ के कि वह गल्लां कीतियां जाण जिहड़ियां लुकाई दे काम आउण, वह किसे दे जिंदगी नूं बनाउण, किसे दी जिंदगी नूं सवारन, ते नवें नवें उहनां चों तजर्बे होण जी, ते वह साडे समाज दे लई जिवें असीं कह सकदे आ समाज नूं वधिया बनाउण दे लई सहाई होण जी। ते अज जिवें पहलां असीं भैण जी नाल ऊषा भैण जी नाल गल करदे हटे आ, क्योंकि तुसीं दस ही चुके हो कि पंजाब खेतीबाड़ी यूनीवर्सिटी लुधियाणा दे विच अकाउंट अफसर ने जी। ਜਦੋਂ ਉੱਥੇ 20-22 ਸਾਲ ਦਾ ਤਜਰਬਾ ਹੋ ਜੇ, ਇੰਨਾ ਲੰਬਾ ਸਮਾਂ ਉੱਥੇ ਲੰਘਦੇ, ਅੱਜ ਵੀ ਉੱਥੇ ਜੌਬ ਕਰ ਰਿਹਾ, ਤਾਂ ਉਹਦੇ ਵਿੱਚੋਂ ਬੜੇ ਤਜਰਬੇ ਉਹਨਾਂ ਕੋਲ ਆ, ਬੜਾ ਕੁਝ ਸਿੱਖਣ ਨੂੰ ਮਿਲ ਰਿਹਾ ਜੀ। ਖੇਤੀਬਾੜੀ ਸਾਡਾ ਪੰਜਾਬ ਦੇ ਲੋਕਾਂ ਦਾ ਮੁੱਖ ਧੰਦਾ, ਬੇਸ਼ੱਕ ਉਹ ਇੱਧਰ ਵੀ ਬੈਠੇ ਆ ਉੱਧਰ ਵੀ ਬੈਠੇ ਆ, ਅਤੇ ਹਮੇਸ਼ਾ ਜਿਹੜਾ ਕਿਸਾਨ ਹੈ ਉਹ ਨਵੀਆਂ ਨਵੀਆਂ ਚੀਜ਼ਾਂ ਸਿੱਖਣ ਦਾ ਚਾਹਵਾਨ ਹੁੰਦਾ ਹੈ। ਉਹਨੂੰ ਹੁੰਦਾ ਹੈ ਕਿ ਮੈਨੂੰ ਵੱਧ ਮੁਨਾਫਾ ਕਿਵੇਂ ਹੋਊਗਾ, ਮੇਰੀ ਖੇਤੀ ਹੈ ਜਿਹੜੀ ਉਜਵਲ ਕਿਵੇਂ ਹੋਊਗੀ, ਮੇਰਾ ਭਵਿੱਖ ਕਿਵੇਂ ਸਮਰ ਸਕਦਾ, ਅਤੇ ਮੈਂ ਹੋਰ ਕਿੰਨਾ ਕੁਛ ਇਸ ਧਰਤੀ ਮਾਂ ਦੀ ਗੋਦ ਦੇ ਵਿੱਚੋਂ ਜਿਹੜਾ ਸਮਾਜ ਨੂੰ ਦੇ ਸਕਦਾ ਜੀ। ਇਹਦੇ ਵਾਸਤੇ ਜਿਵੇਂ ਸਾਡੇ ਯੂਨੀਵਰਸਿਟੀਆਂ ਬਣਾਈਆਂ ਗਈਆਂ, ਉਹਨਾਂ ਦੇ ਵਿੱਚ ਨਵੀਆਂ ਨਵੀਆਂ ਖੋਜਾਂ ਹੁੰਦੀਆਂ, ਨਵੀਆਂ ਨਵੀਆਂ ਜਾਣਕਾਰੀਆਂ ਹੁੰਦੀਆਂ, ਨਵੀਆਂ ਨਵੀਆਂ ਜਿਹੜੀਆਂ ਵਿਭਿੰਨਤਾ ਵਾਲੀਆਂ ਫਸਲਾਂ ਜਿਵੇਂ ਅਸੀਂ ਕਹਿ ਦਿੰਦੇ ਹਾਂ। ਹੁਣ ਸਾਡੇ ਇੱਕ ਬਹੁਤ ਵੱਡੀ ਉੱਥੇ ਤਰਾਸਦੀ ਆ ਕਿ ਅਸੀਂ ਦੋ ਫਸਲਾਂ ਨਾਲ ਹੀ ਜੁੜੇ ਹੋਏ ਹਾਂ, ਜਿਵੇਂ ਕਣਕ ਹੈ ਅਤੇ ਜਿਵੇਂ ਝੋਨਾ ਜੀ। ਹੁਣ ਅਸੀਂ ਪੰਜਾਬ ਦੇ ਪਾਣੀਆਂ ਦੀ ਗੱਲ ਕਰਦੇ ਹਾਂ ਤਾਂ ਪਾਣੀ ਦੀ ਸਤਾ ਇੰਨੀ ਥੱਲੇ ਜਾਵੜੀ, ਜਿਹਦਾ ਮੁੱਖ ਕਾਰਨ ਇਹ ਹੋਇਆ ਕਿ ਉੱਥੇ ਵਾਰ ਵਾਰ ਜਿਹੜੀ ਚੌਲਾਂ ਦੀ ਫਸਲ ਹੈ, ਝੋਨੇ ਦੀ ਫਸਲ ਹੈ, ਜੀਰੀ, ਉਹਨੂੰ ਵੱਖ ਵੱਖ ਭਾਸ਼ਾਵਾਂ ਦੇ ਵਿੱਚ ਕਹਿ ਦਈਏ ਅਤੇ ਚੀਜ਼ ਤਾਂ ਇੱਕੋ ਹੀ ਹੈ ਨਾ ਜੀ, ਅਤੇ ਉਹਦੇ 'ਤੇ ਲਗਾਤਾਰ ਪਾਣੀ ਦੀ ਖਪਤ ਜਿਹੜੀ ਜ਼ਿਆਦਾ ਹੋਣ ਕਰਕੇ ਧਰਤੀ ਦਾ ਜਿਹੜਾ ਸਾਡਾ ਪਾਣੀ ਦਾ ਲੈਵਲ ਆ ਉਹ ਬਹੁਤ ਥੱਲੇ ਚਲਾ ਗਿਆ ਜੀ। ਜਿਹੜੀ ਧਰਤੀ ਕੋਲ ਪਾਣੀ ਨਹੀਂ, ਪਾਣੀ ਇੱਕ ਸਰਮਾਇਆ ਹੁੰਦਾ ਹੈ, ਕਿਉਂਕਿ ਜਦੋਂ ਵੀ ਪਹਿਲਾਂ ਤੋਂ ਤੁਸੀਂ ਜਾ ਕੇ ਦੇਖੋਗੇ, ਜਦੋਂ ਜਿੱਥੇ ਜਿੱਥੇ ਵੀ ਜਾ ਕੇ ਲੋਕ ਵੱਸਦੇ ਰਹੇ ਆ, ਉਹ ਆਪਦੇ ਨੇੜੇ ਨਦੀਆਂ ਦਰਿਆ ਪਾਣੀ ਦੇ ਪਹਿਲਾਂ ਤੋਂ ਪਹਿਲਾਂ ਪ੍ਰਬੰਧ ਦੇਖਦੇ ਰਹੇ ਆ, ਕਿਉਂਕਿ ਪਾਣੀ ਹੈ ਜਿਹੜਾ ਮਨੁੱਖੀ ਜੀਵਨ ਵਾਸਤੇ ਸਭ ਤੋਂ ਅਹਿਮ ਹੈ ਜੀ। ਅਤੇ ਜਦੋਂ ਉਹਨਾਂ ਨੇ ਦੇਖਣਾ ਹੁੰਦਾ ਕਿ ਸਾਨੂੰ ਪਾਣੀ ਦੀ ਸਹੂਲਤ ਕਿੱਥੋਂ ਮਿਲ ਸਕਦੀ ਆ, ਪਾਣੀ ਤੋਂ, ਕਿਉਂਕਿ ਪਾਣੀ ਪਿਤਾ, ਪਾਣੀ ਜਿਹੜਾ ਸਾਡਾ ਪਿਤਾ ਹੈ ਅਤੇ ਧਰਤੀ ਸਾਡੀ ਮਾਤਾ ਜੀ, ਤਾਂ ਇਸ ਕਰਕੇ ਅਸੀਂ ਦੇਖਿਆ ਕਿ ਉਸ ਝੋਨੇ ਦੀ ਫਸਲ ਨੇ ਸਾਡੇ ਪੰਜਾਬ ਦਾ ਪਾਣੀ, ਜਿਹਨੂੰ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਕਿਹਾ ਗਿਆ, ਜਿਹਦਾ ਨਾਂ ਹੀ ਪੰਜ ਦਰਿਆਵਾਂ 'ਤੇ ਰੱਖਿਆ ਗਿਆ, ਤਾਂ ਉੱਥੇ ਇੱਕ ਅੱਜ ਇੱਕ ਇਹ ਕਹਿ ਸਕਦੇ ਹਾਂ ਕਿ ਉਹ ਬਹੁਤ ਥੱਲੇ ਸਤਾ ਜਾਣੀ ਜਾਵੜੀ ਕਰਕੇ ਸਾਡੇ ਲਈ ਇੱਕ ਆਉਣ ਵਾਲੇ ਸਮੇਂ 'ਚ ਚਿੰਤਾ ਦਾ ਵਿਸ਼ਾ ਜੀ। ਜਿਵੇਂ ਅਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਗੱਲ ਕਰਦੇ ਹਾਂ ਲੁਧਿਆਣੇ ਦੀ, ਉਹਦਾ ਨਾਮ ਇੱਥੇ ਹੀ ਨਹੀਂ, ਉਹਦਾ ਵਰਲਡ ਪੱਧਰ 'ਤੇ ਨਾਂ ਹੈ, ਅਤੇ ਉੱਥੋਂ ਬੜੇ ਬੱਚੇ ਦੂਰ ਦੂਰ ਕੇ ਉੱਥੋਂ ਦੀ ਸਟੱਡੀ ਲੈ ਕੇ, ਜਿੰਨਾ ਉਸ ਯੂਨੀਵਰਸਿਟੀ ਦਾ ਹੋਰ ਦੇਸ਼ਾਂ ਨਾਲ ਵੀ ਐਗਰੀਮੈਂਟ ਆ, ਅਤੇ ਉੱਥੋਂ ਪੜ੍ਹ ਕੇ ਬੱਚੇ ਬੜੇ ਕਾਬਲ ਬਣਦੇ ਆ, ਅਤੇ ਉਹ ਵੱਖ ਵੱਖ ਜਗ੍ਹਾ 'ਤੇ ਜਾ ਕੇ ਆਪਣਾ ਗਿਆਨ ਬਣਦੇ ਆ ਜੀ। ਅਤੇ ਉਸ ਤਰ੍ਹਾਂ ਦੇ ਉਹ ਜਿਹੜੇ ਉਹ ਸਿੱਖਿਆ ਤਾਂ ਉੱਥੋਂ ਜਾਂਦਾ ਨਾ, ਤਜਰਬਾ ਤਾਂ ਉੱਥੋਂ ਹੁੰਦਾ ਨਾ, ਸਟੱਡੀ ਤਾਂ ਉੱਥੋਂ ਕਰਦੇ ਆ ਨਾ, ਤਾਂ ਉਹ ਸਾਰਾ ਜਿਹੜਾ ਗਿਆਨ ਆ, ਦੇਖੋ ਜੇ ਕੋਈ ਚੀਜ਼ ਉੱਥੇ ਹੀ ਰਹਿ ਜੇ ਤਾਂ ਉੱਥੋਂ ਤੱਕ ਸੀਮਤ ਹੋ ਜਾਂਦੀ ਹੈ। ਬਿਲਕੁਲ,
जो असी वख वख जगह से जाके वंडांगे साझा करांगे उन्होंने अपने तजर्बे चो अपनी पढ़ाई चो गल दसांगे तो वह सारा जिहड़ा सारा कुछ ही समर जांदा है। अज भी आपां इक कोशिश की है कि भैन जी साडे कोल आए उन्होंने नाल गल की जाए उन्होंने कुछ उत्थों के बारे इतों के बारे जानकारी ली जाए फर्क भी देखा जाए। बिल्कुल वधिया उपराला कि असीं अज भैन जी नूं इक समां उन्होंने समा लैके असीं उन्होंने धन्नवाद भी करते हैं उन्होंने समा दिता वो साडे नाल बैठे तो कोशिश भी करांगे कि उन्होंने उत्थों दीआं ते इत्थों दीआं कुछ गल्लां सांझियां कीतीआं जाण। जी भैन जी गलबात करिए पहले तो किन्ना क तुसीं टाइम तो जिहड़ी उत्थे जॉब करदे हो तो उत्थों दा जिहड़ा तुहाडा एक्सपीरियंस किद्दां दा रिहा ते नहीं असीं आम देखदे आं पंजाब दे विच जे पुराने समयां दी गलबात कर लईए ते कई ते ना किते कई वार इह वी चीज़ां देखण नूं मिलदियां सी कि लड़कियां घट कई वार पढ़दियां सी जां उधर नूं जॉब करन बारे जां इदां दे कई वार रीसोर्स जां उदां दा माहौल जिहड़ा घट हुंदा सी तुहाडे किद्दां सपोर्ट होई जिहड़ी पेरेंट्स दी जिहड़ी तुसीं उत्थे जॉब ते लगे जां तुहाडे मन च कित्थों आया यूनिवर्सिटी च ही जॉब करनी है वो अपने एक्सपीरियंस बारे दसो। हाँ जी मैं पहले दसागी कि यूनिवर्सिटी का सफर मेरा इस तरह रहा कि मैं बड़ा शौक से कि मैं सिविल सर्विसेज वाल जावां या आईएएस ऐसा जी पर मेरे जो पेरेंट्स से टोटली अनपढ़ सी जी पर उन्होंने शौक बहुत सी जी कि साडे बच्चे पढ़न ते मैं घर चो वड्डी सी और लड़की भी सी ते उन्होंने ये सीगा कि जॉब करो पर लुधियाने तो बाहर नहीं जाना जी तो फिर चारों पास नज़र भी मारी मैं एक बार यूनिवर्सिटी भी चक्कर भी मारिया फिर मैं बड़ा अच्छा लगे कि मैं क्या अच्छा इतने जॉब मिले तो बहुत वधिया हो गए मीन में चलो पोस्टा निकलिया मैं उत्थे अप्लाई किया रिटन टेस्ट होया उस तो बाद दूसरा टेस्ट होया इंटरव्यू हुई जो साडे प्रोसैस उस तो बाद निकले जी तो मैं 85 ज्वाइन किया उत्थे 84 मेरी हो जानी सी सिलेक्शन पर इंदिरा गांधी डैथ हो गई सी साल पूरा ही सारे उत्थे बंद हो गया सी इंप्लॉयमेंट साडे ऑर्डर होए फिर 85 मैं ज्वाइन किया तो मैं 38 साल हो गए आलमोस्ट उत्थे मेरा सफर उत्थे दा बहुत अच्छा रहा मैं यूनिवर्सिटी अपनी माँ की तरह ही लगी जिवें मेरी दूसरी माँ हो गई यूनिवर्सिटी जो मैं अंदर एंटर कर दी अज भी तो मैं अलग ही खुशी मिलती है बिल्कुल उत्थे दा ओहदी आबो हवा उत्थे दे खेत उत्थे दी एकदम तुसीं आम बंदा भी हैरान होंदा भी लुधियाने विच कितनी अच्छी जगह है लोग हैरान होंदे मेरे कई कई फ्रेंड्स जां कई सब लोग लड़की होने थोड़ा बहुत फर्क तो पिया अज तो बहुत खुलापन है उदो तो थोड़ा फर्क जरूर सी उस टाइम साडे समय पर बड़ा अच्छी साड़ी यात्रा रही बड़े अच्छे फ्रेंड्स मिले बड़े अच्छे कुलीग्स रहे अज साडे अपने साडे खेतीबाड़ी दे इस टाइम वाइस चांसलर ने डॉक्टर सतबीर सिंह गोसल उन्होंने रिसेंट ज्वाइन किया तो बड़े उगे विज्ञानी रहे ने ओ ते हुण भी बड़ी अच्छी तरह यूनिवर्सिटी लैके जा रहे ने असीं उन्हां दा बड़ा मान करदे आ उन्होंने पहले जदों एज निर्देशक खोज सी उदों भी उन्होंने बड़ा बड़े उपराले किए कि बड़े दूसरे यूनिवर्सिटीज नाल एमओयू करने और उत्थों दे फंड्स लेने शुरू तो उन्होंने बड़ी चीज रही और उन्होंने एक सदके बड़े साडे स्टूडेंट्स बाहर भी गए पढ़न ते मेरा अपना बेटा मेरी अपनी बेटी उन्होंने इत्थों डिग्री करके हुण ओह कैनेडा मेरे बेटे ने इत्थों पीजी तो डिग्री की इंजीनियरिंग की और उस तो बाद ओह यूएस गया एमएस करन वास्ते रिसर्च असिस्टेंट लग के हाल पंजाब दा असीं इस बारे बड़े फिक्रमंद तां है पर जो कई चीजां ला लो कुछ सरकारां दी जां कुछ ऐसी चीजां है ने जिहड़ियां आपां हौली हौली समझांगे इस चीज़ नूं कि जिहड़ी पानी है बड़ी कीमती चीज़ है आपां सारे अपने निजी हितां तों परे होके पानी बारे जरूर सोचांगे जी इह मैनूं लगदा है कि पंजाब दा किसान समझदार बहुत है उहनूं वी पता अपनी मां समझदा पर ऐसियां चीज़ां कई वारी हो जांदियां ने कि उहनूं वी बड़िया चीजा ने कि शायद हौली हौली आ रहे ने शिफ्ट भी कर रहे ने साडे अपने मानसा भी बड़ा सानू कह रहे ने कि भी तुसी पिछले मैं सुनिया टीवी च कि मूंगी दी फसल उगाओ एस इधरले पासे जाओ वो भी बड़ा हां एफिशिएंट बहुत एफिशिएंट भी कर रहे ने एफर्ट्स कर रहे ने जी ते बाकी जो खेतीबाड़ी दी गल करो ते मैनूं बड़ा
मैं क्या भी मैंने बड़ा मान महसूस हो कि मैं इस फील्ड में आ गया, मैं बड़ा अच्छा लग गया। बिल्कुल जी शर्मा जी, जिदा इन्होंने पानी की गलबात की तो हूँ इतने तू लंबा टाइम हो गया हूँ तो इतने रेंद्यान राइट इतों का सारा तुम देखिया इतने हम जी असी खेतीबाड़ी देखते हाँ तो उत्थे जो पानी की अज भी मैं होर भी अंकल जी ने गलबात होंगी उन्होंने भी जो गलबात हुई वह कहें कि इतने पानी किमें सामभ्या जाता पानी की जिमें लोड़ अनुसार ही वरतों की जाती है तो नहीं तो नहीं की जाती हूँ फिर असी इतने खेती देखते हैं खेती जी तकरीबन फसल भी बहुत सोहनिया होंगे झाड़ भी बहुत वधिया निकलता तो एक रेह तो स्प्रे तो भी रहत होंदिया तो उहदे चों पानी की जिदा गल की है भैन जी उन्होंने पानी नूं बड़ा सामभ के रखा जाता नेचुरल तरीके नाल जिहड़ी फसल होंदी है इहदे बारे तुहाडा की ख्याल। देखो जी मैं पहला भी गल मैं पानी वाली गल तो कह के हटिया कि जिवें पंजाब की गल करदे आ उह पंजाब दे इस टाइम पानी वाली गल साडे लई वाकई सोचण वाली गल आ चिंतन करन वाली गल आ और चिंता का विषय है। बिल्कुल जिवें हुण इत्थे अज तक भी धरती हेठों ना पानी नहीं कढ़िया जांदा जी, अज भी इत्थे नदियां दा समुद्रां दा पानी वरत्या जांदा साफ करके साडे कोल आ जांदा जिन्ना कनेडा कोले पानी है पानी की कोई कमी नहीं जी, पर पानी नूं वरत्या किहड़े तरीके नाल जांदा इस तरीके नाल लंबा समां आउण वालियां सदियां वास्ते सोच के रख्या होया कि इह पानी मैं पहला कह के कि पानी पिता पानी तो बिना तुसीं जिउंदे नहीं रह सकदे। बिल्कुल तां ਉਹ ਚੀਜ਼ ਨੂੰ ਬਚਾਉਣਾ ਜੇ ਸਾਨੂੰ ਤਲੀਮ ਪਰਮਾਤਮਾ ਨੇ ਦਿੱਤੀ ਆ ਮੱਤ ਦਿੱਤੀ ਆ ਬੁੱਧ ਦਿੱਤੀ ਆ ਅੱਜ ਅਸੀਂ ਜਾ ਕੇ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਦੇ ਹਾਂ ਹੋਰ ਖੋਜਾਂ ਕਰਦੇ ਹਾਂ ਤਾਂ ਉਹ ਗੱਲ ਤਾਂ ਸਾਹਮਣੇ ਪਈ ਹੈ ਨਾ ਚਿੱਟੇ ਦੁੱਧ ਵਾਂਗੂ ਸਾਫ਼ ਪਈ ਹੈ ਨਾ ਜੀ ਵੀ ਉਹਦੇ ਵਾਸਤੇ ਸੋਚਣ ਵਿਚਾਰਨ ਦੀ ਲੋੜ ਆ ਇੱਥੋਂ ਇੱਕ ਸਿੱਖਣ ਦੀ ਵੀ ਲੋੜ ਹੈ ਜਿਵੇਂ ਹੁਣ ਉੱਥੋਂ ਦੀ ਤਾਂ ਗੱਲ ਇੱਥੋਂ ਦੀ ਮੈਂ ਭੈਣ ਜੀ ਨੂੰ ਅੱਗੇ ਵੀ ਉਹਦਾ ਸਵਾਲ ਕਰਨਾ ਕਿ ਜਿਹੜਾ ਇੱਥੇ ਜੇ ਅਸੀਂ ਇਹ ਸੋਚਦੇ ਹਾਂ ਇੱਥੇ ਆ ਕੇ ਪਾਣੀ ਨੂੰ ਬਿਲਕੁਲ ਜਾਇਆ ਨਹੀਂ ਜਾਣ ਦਿੱਤਾ ਜਾਂਦਾ ਇੱਥੇ ਪਾਣੀ ਨੂੰ ਵੇਸਟ ਨਹੀਂ ਜਾਣ ਦਿੱਤਾ ਜਾਂਦਾ ਇੱਥੇ ਹਲੇ ਵੀ ਧਰਤੀ ਹੇਠਲੋਂ ਪਾਣੀ ਨਹੀਂ ਕੱਢਿਆ ਜਾਂਦਾ ਅਤੇ ਅੱਜ ਵੀ ਇੱਥੇ ਨਦੀਆਂ ਸਮੁੰਦਰਾਂ ਦਾ ਜਿਹੜਾ ਪਾਣੀ ਕਿਵੇਂ ਸਾਫ਼ ਕਰ ਕਰਕੇ ਸਾਡੇ ਕੋਲ ਵਰਤਿਆ ਜਾ ਰਿਹਾ ਅਤੇ ਇੱਕ ਪਾਸੇ ਧਰਤੀ ਦੇ ਵਿੱਚ ਉਹਦੀ ਧਰਤੀ ਦੀ ਹੈਕ ਨੂੰ ਪਾੜ ਕੇ ਅੱਜ ਕਿੰਨੇ ਉਹਦੇ ਵਿੱਚ ਸਰਾਖ ਕਰਕੇ ਲਗਾਤਾਰ ਤੁਸੀਂ ਦੇਖ ਲਓ ਕਿੰਨੀਆਂ ਮੋਟਰਾਂ ਚੱਲਦੀਆਂ ਕਿੰਨੇ ਟਿਊਬਲ ਬੋਰ ਕੀਤੇ ਹੋਇਆ ਕਿਵੇਂ ਪਾਣੀ ਬਾਹਰ ਡਿੱਗ ਰਿਹਾ ਜੀ ਇਹ ਬਹੁਤ ਜ਼ਿਆਦਾ ਵਿਚਾਰਨ ਵਾਲੀ ਗੱਲ ਆ ਇੱਥੋਂ ਦਾ ਅਤੇ ਉੱਥੋਂ ਦਾ ਜਦੋਂ ਗੱਲ ਕਰਦੇ ਹਾਂ ਜੇ ਇੱਥੋਂ ਦਾ ਪਾਣੀ ਬਚਾਇਆ ਜਾ ਸਕਦਾ ਹੈ ਤਾਂ ਉੱਥੇ ਵੀ ਪਾਣੀ ਬਚਾਇਆ ਜਾ ਸਕਦਾ ਹੈ। ਬਿਲਕੁਲ ਇੱਥੇ ਹੁਣ ਦੇਖੋ ਕਈ ਫਸਲਾਂ ਨੂੰ ਉਨੇ ਪਾਣੀ ਦੀ ਲੋੜ ਨਹੀਂ ਹੁੰਦੀ ਤੁਸੀਂ ਦੇਖੋ ਬਹੁਤ ਸਾਰੀਆਂ ਫਸਲਾਂ ਫੁਹਾਰਾ ਸਿਸਟਮ ਨਾਲ ਪਲ ਜਾਂਦੀਆਂ ਜੀ ਜਿਵੇਂ ਤੁਸੀਂ ਰਾਜਸਥਾਨ ਦੇ ਵਿੱਚ ਜਾਓ ਥੋੜ੍ਹਾ ਥੋੜ੍ਹਾ ਪਾਣੀ ਉਹਨਾਂ ਨੂੰ ਪਤਾ ਵੀ ਇਹਨਾਂ ਨੂੰ ਫੁਹਾਰਾ ਸਿਸਟਮ ਦੇ ਵਿੱਚ ਕਿੰਨਾ ਕੁ ਜਾਊਗਾ ਜੀ ਜਿੰਨਾ ਕੁ ਉਹਨਾਂ ਨੂੰ ਜੜ੍ਹ ਨੂੰ ਗਿੱਲੀ ਰੱਖਣ ਵਾਸਤੇ ਪਾਣੀ ਦੀ ਲੋੜ ਜੀ ਉਹ ਬੂਟੇ ਨੂੰ ਉਨੇ ਪਾਣੀ ਨਾਲ ਸਰ ਸਕਦਾ ਪਰ ਅਸੀਂ ਜਿਵੇਂ ਹੁਣ ਝੋਨੇ ਦੀ ਫਸਲ ਲਗਾਉਂਦੇ ਹਾਂ ਮੈਂ ਪਹਿਲਾਂ ਉਹ ਗੱਲ ਵਿਚਾਲੇ ਛੱਡੀ ਸੀ ਸ਼ਾਮੇ ਨੂੰ ਮੈਂ ਦੇਖਦਾ ਹੋਇਆ ਉਹਨੂੰ ਗੱਲ ਨੂੰ ਮੈਂ ਉੱਥੇ ਸਮੇਟ ਕੇ ਅੱਗੇ ਲਿਜਾਣਾ ਚਾਹੁੰਦਾ ਸੀ ਜੀ ਉੱਥੇ ਦੇਖੋ ਝੋਨਾ ਪੈਦਾ ਕਰਨ ਵਾਸਤੇ ਚੌਲ ਪੈਦਾ ਕਰਨ ਵਾਸਤੇ ਕਿੰਨੇ ਪਾਣੀ ਦੀ ਖਪਤ ਹੋ ਰਹੀ ਹੈ ਕੀ ਉੱਥੇ ਹੋਰ ਫਸਲਾਂ ਉਹੀ ਫਸਲਾਂ ਹੋਰ ਲਿਆ ਕੇ ਸਾਡੇ ਕਿੰਨੀਆਂ ਫਸਲਾਂ ਹੁੰਦੀਆਂ ਸੀ ਮੱਕੀਆਂ ਸੀ ਗੁਆਰੇ ਸੀ ਜੌਂ ਸੀ ਸਰੋਂ ਸੀ ਹੋਰ ਕਿੰਨਾ ਕੁਛ ਸੀ ਉਹਨਾਂ ਨੂੰ ਇੰਨੇ ਪਾਣੀਆਂ ਦੀ ਲੋੜ ਨਹੀਂ ਪੈਂਦੀ ਸੀ ਅੱਜ ਸਾਡੇ ਪੰਜਾਬ ਦੇ ਵਿੱਚ ਉਹ ਮੱਕੀ ਦੀਆਂ ਲਹਿਲ ਹੁੰਦੀਆਂ ਫਸਲਾਂ ਨਹੀਂ ਸਾਨੂੰ ਦਿੰਦੀਆਂ ਅੱਜ ਉਹ ਸਾਨੂੰ ਉਹ ਖੜੇ ਖੇਤਾਂ ਦੇ ਵਿੱਚ ਗੁਆਰੇ ਨਹੀਂ ਦਿੰਦੇ ਅੱਜ ਉਸ ਤਰ੍ਹਾਂ ਦੀਆਂ ਸਾਨੂੰ ਦਾਲਾਂ ਨਹੀਂ ਦਿੰਦੀਆਂ ਉਹਨਾਂ ਨਾਲ ਤਾਂ ਅੱਜ ਉਹ ਚਿੱਟੇ ਕਪਾਹ ਦੇ ਜਿਹੜੇ ਨਰਮੇ ਦੇ ਸਾਡੇ ਪੂਰੇ ਜਿਵੇਂ ਕਪਾਹ ਦੇ ਜਿਵੇਂ ਉਹ ਨਰਮੇ ਦੇ ਉਹ ਚਿੱਟੇ ਫੁੱਟ ਉਹ ਜਿਵੇਂ ਸਾਨੂੰ ਕਿੰਨੇ ਸੋਹਣੇ ਲੱਗਦੇ ਸੀ ਅੱਜ ਉਹ ਗਾਇਬ ਹੁੰਦੇ ਜਾਂਦੇ ਆ ਮਤਲਬ ਇਹ ਚੀਜ਼ਾਂ 'ਤੇ ਵੀ ਉੱਥੇ ਜਾ ਕੇ ਵਿਚਾਰਨ ਦੀ ਲੋੜ ਆ ਅਤੇ ਇੱਥੋਂ ਦੀ ਤੁਸੀਂ ਗੱਲ ਕੀਤੀ ਹੈ ਤਾਂ ਸਾਫ਼ ਪਿਆ ਕਿ ਇੱਥੋਂ ਦੇ ਪਾਣੀ ਨੂੰ ਜਿੰਨੇ ਸਵਿੱਚ ਕੇ ਜਿੰਨੇ ਢੰਗ ਨਾਲ ਵਰਤਿਆ ਜਾ ਰਿਹਾ ਅੱਜ ਧਰਤੀ ਦੇ ਉੱਤੋਂ ਉੱਤੇ ਪਾਣੀ 'ਚ ਉਸਾਰਿਆ ਜਾ ਰਿਹਾ ਅਤੇ ਬਹੁਤ ਵਧੀਆ ਗੱਲ ਆ ਉੱਥੇ ਵੀ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਜੀ ਜੀ ਭੈਣ ਜੀ ਜਿੱਦਾਂ ਹੁਣ ਤੁਸੀਂ ਉੱਥੇ ਉੱਥੋਂ ਇੱਧਰ ਬੱਚਿਆਂ ਨੂੰ ਮਿਲਣ ਆਏ ਹੋ ਅਤੇ ਉੱਥੋਂ ਦਾ ਅਤੇ ਇੱਥੋਂ ਦਾ ਕੀ ਡਿਫਰੈਂਸ ਦੇਖਦੇ ਹੋ ਕਿੱਦਾਂ ਉਹਨੂੰ ਦੇਖਦੇ ਹੋ ਕਿ ਉਹਦਾ ਫਰਕ ਕੀ ਆ ਸਭ ਤੋਂ ਪਹਿਲਾਂ ਫਰਕ ਤਾਂ ਇਹ ਹੈ ਜੀ ਵੀ ਇੱਥੇ ਕਿਸੇ ਮਾਂ ਨੇ ਨਹੀਂ ਉਠਾਉਣਾ ਜੀ ਉੱਥੇ ਤਾਂ ਉਠਾਉਣ ਲੱਗੀ ਵੀ ਸੀ ਬੱਚਿਆਂ ਨੂੰ ਕਹੀਦਾ ਵੀ ਬੱਚੇ ਟਾਈਮ ਦੇਖੋ ਕਹੀਦਾ ਚਲੋ ਅੱਜ ਸੋ ਲੈਣ ਖਾ ਕੇ ਉਠਾਉਂਦੇ ਹਾਂ ਫਿਰ ਉਹਨਾਂ ਦਾ ਸਾਰਾ ਕੁਛ ਰੈਡੀ ਹੁੰਦਾ ਟੇਬਲ ਤੇ ਉਹ ਆਣਗੇ ਤੇ ਬ੍ਰੇਕਫਾਸਟ ਕਰਨਗੇ ਜੋ ਵੀ ਉਹਨਾਂ ਲਈ ਹਨਾ ਦਿਨ ਦੀ ਪਲੈਨਿੰਗ ਹੈ ਸਾਰੀ ਉਹਨਾਂ ਨੇ ਆਪਣੇ ਬੜੇ ਕੰਫਰਟ ਜ਼ੋਨ ਚੋਂ ਨਿਕਲ ਕੇ ਗੱਡੀ ਬਾਹਰ ਚੁੱਕਣੀ ਹੈ ਚਲੇ ਜਾਣਾ ਆਪਣੇ ਜਿੱਥੇ ਵੀ ਜਾਣਾ ਉਹਨਾਂ ਨੇ ਕਾਲਜ ਜਾਣਾ ਔਰ ਉਹਨਾਂ ਨੂੰ ਫੀਸ ਦੀ ਕੋਈ ਚਿੰਤਾ ਨਹੀਂ ਪੇਰੈਂਟਸ ਨੇ ਫੀ ਪੇ ਕਰ ਦੇਣੀ ਹੈ ਘਰ ਆਉਣਾ ਉਹਨਾਂ ਨਾਲ ਸਾਰਾ ਕੁਛ ਤਿਆਰ ਹੈ ਪਾਰਟੀਆਂ ਕਰਨੀਆਂ ਉਹਨਾਂ ਨੇ ਫਰੈਂਡਸ ਨੇ ਜੇ ਕੁਛ ਪੇਰੈਂਟਸ ਨੇ ਦੇ ਦੇਣਾ ਉਹ ਸਾਰੀਆਂ ਚੀਜ਼ਾਂ ਹੀ ਖਤਮ ਹੋ ਜਾਂਦੀਆਂ ਜਦੋਂ ਵਨ ਇੱਥੇ ਇੱਕ ਵਾਰੀ ਆ ਗਿਆ ਤੇ ਉਹ ਸਾਰੀ ਚੀਜ਼ਾਂ ਤਾਂ ਮੁੱਕ ਗਿਆ ਪਿੱਛੇ ਤਾਂ ਹੀ ਤਾਂ ਕਈ ਬੱਚੇ ਇੱਥੇ ਉਹ ਚੀਜ਼ਾਂ ਦਾ ਗੈਪ ਆ ਜਾਂਦਾ ਜਿਹੜੀਆਂ ਉੱਥੇ ਉਹਨਾਂ ਨੂੰ ਸਹੂਲਤਾਂ ਮਿਲੀਆਂ ਹੁੰਦੀਆਂ ਘਰ 'ਚ ਵੀ ਨੌਕਰ ਚੱਕਰ ਨੇ
बाहर जाना हर चीज दरवाजे तो सब कुछ मिल जाता है, नेड़े नेड़े सारी चीजा ने अवेलेबल ने बहुत ने इतने आगे। वैसे खुश बहुत होंगे ने, यह गल जरूरी है, वो किन्ने भी इतने औखे रहे खुश बड़े होंगे ने। कारण इसी तो समझ में आती भी यानी वो इतने भी सिस्टम अच्छा समझते है, सिस्टम भी अच्छा है, ये गल तो मननी पेगी। मैं देखा एक शॉप तो एक अमीर भी उतो ही ग्रोसरी करता, गरीब भी उतो ही ग्रोसरी करता, ये जरा गैप है इतने खत्म हो गया, अमीरी गरीबी वाला गैप तो इतने खत्म हो गया। साढ़े उत्ते अजे भी है भी असं थोड़े अच्छे स्टोर तो या अच्छी चीज थोड़ा फर्क थोड़ा जहा हजे है जी। और दूसरी गल है कि बच्चों की हो सकता उन्होंने इतने संभावनावान ज्यादा दिसदिया ने। मैं अपने बच्चों की गल करा तो उन्होंने मेरे एक बेटे ने तो न्यूज तुम दसा जिम्मे इंजीनियरिंग करके उन्हें एम एस कर अमेरिका चला गया, और अमेरिका के खर्चे थे फीस भी पे। और मेरी बेटी उन्हें एम डी एस की उत्थे डेंटिस्ट शुरू किया, करियर करना सी ते उन्हें भी लगे कि क्यों ना मैं भी इतने आ जा, उन्होंने भी पी आर लिए इतने आ गई। मेरी खोर बेटी वो इंजीनियर सी, अच्छी कंपनी च काम कर रही थी इंटरनेशनल कंपनी च, दोनों हसबैंड वाइफ ने पी आर लगाई इतने आ गए, इतने मैं अच्छी जॉब्स मिल गई। यानी संभावनावान तो उन्होंने लगदियां ने बच्चों को, बेटर फ्यूचर तो लगता है, दे फील बैटर इतने आके। उन्होंने एक गल तो है कि वह कुछ गल है जो नहीं मिल रही वाली, पर फिर भी इतने ही रहना पसंद करते हैं। हुण जिदा तुसीं गलबात कीती है तो मैं उही सोच रहा सी, जिदा उत्थे साडे माइंड दे विच कई वार आह जिहड़ियां चीज़ां हुंदियां कि असी किसे तों करा लैणा, ठीक है, कुछ असी पैसिआं दे नाल उह चीज़ां जिहड़ियां असी ईजी लाइफ जिउणे आ, ते पर इत्थे आ के जे हुण जिदा तुसीं दस्सिआ कि तुहाडे बच्चे खुश आ इत्थे आ के इत्थे रहिणा चाहुंदे आ, ते ईवन हालांकि उह जिहड़ियां आप खुद कम करदे आ, इट मीनज तां उह जे शर्मा जी आपां इह कह लईए कि असल जिंदगी तां इह आ, दूजी जिहड़ी उत्थे उह इक दिखावे दी जिंदगी आ, मेरे इन्ने काम वाले रखे हुए आ ते मैं आए गड्डी चो रेडी का हो के निकल रहा, पर किते ना किते उह असल जिंदगी नहीं। देखो ब्रह्म साहब गल इह आ वी गल तां सही आ, अपने हत्थी अपना आपे ही गल सवारी वाली गल तां ठीक है, पर अड्डो अड्डी देशां दी आपो अपनी सभ्यता आपो अपना कल्चर आ। जिवें हुण असीं उत्थों दी गल करिए जी, तां उत्थों जिवें भैन जी ने भी गल की आ, हुण बच्चा पढ़ता लिखता डिग्रियां करता, कई बार वो डिग्रियां डिप्लोमे हाथ चक्की फिरदा, उन्हें कोई हल नहीं दिंदा मैं जावां किहड़े पास। हुण प्राइवेट कंपनियां उत्थे अहिजियां बैठियां वी कि वह जिन्नी उहदी पढ़ाई हुंदी आ, जिन्नी उहदी मेहनत लगी हुंदी आ, जिन्ने साल उहने बर्बाद कीते हुंदे आ, जिन्ना उहने दिमाग लाया हुंदा। हुण मैं कई वार इहो देखदा वी जिहड़े एम ए बी एड एम फिल बेचारे, जदों उहनूं प्राइवेट वाले कहिंदे आ तैनूं 7,000 देवांगे, तैनूं 8,000 देवांगे, तैनूं 10,000 देवांगे, वह कित्थे जाऊगा जी। एक तो कारण यह है इत्थे आउण वाला जी, दूसरे पासे जदों उहनां नूं पता है भी इत्थे नौकर ते मालक वाली गल ही कोई नहीं है इस देश दे विच, मैं इत्थे कपड़े भी आपदे आप धोणे आ, मैं आपदा काम भी आप करना, मैं स्टडी भी करनी, उन्ने घंटे उहने सौणा भी आ, उहदे मुताबिक उहनूं ढालणे पैण ते ढालदे भी आ जी। हुण जिवें तुसीं उत्थों दी गल करोगे, मैं इस हक च नहीं कि उत्थे किसे नूं काम जां रुजगार ना दिता जावे जी, जिहो जिहे उत्थे हालात आ, उत्थों दी गरीबी आ, उत्थे काम भी मिलने चाहीदे आ, पर साडी मानसिकता जे कोई तकड़ा बंदा किसे नूं आपदे कोल रखदा है काम वास्ते, उहदी मानसिकता अमीर ते गरीब वाली नहीं होनी चाहीदी, ਤੁਹਾਡੇ ਵਾਲੀ ਨਹੀਂ ਹੋਣੀ ਚਾਹੀਦੀ, ਵਿਤਕਰੇ ਵਾਲੀ ਨਹੀਂ ਹੋਣੀ ਚਾਹੀਦੀ। ਇਹ ਹੋਣਾ ਚਾਹੀਦਾ ਵੀ ਆਹ ਜੇ ਘਰ ਦਾ ਕੰਮ ਅਸੀਂ ਕਰਦੇ ਤਾਂ ਇੱਕ ਟੀਮ ਵਾਂਗੂ ਕਰਦੇ, ਬਿਲਕੁਲ ਉਹ ਨਹੀਂ ਹੋਣਾ ਚਾਹੀਦਾ ਵੀ ਇਹਦਾ ਨੌਕਰ ਹੈ, ਮੈਂ ਤਾਂ ਜੁੱਤੀਆਂ ਸਾਫ ਕਰਾਉਣੀਆਂ, ਜਾਂ ਤਾਂ ਇਹ ਮੇਰੇ ਝਾੜੂ ਮਾਰਦਾ, ਜਾਂ ਉਹਦੇ ਮਨ 'ਚ ਹਉਮੈ ਦਾ ਈਗੋ ਨਹੀਂ ਹੋਣੀ ਚਾਹੀਦੀ, ਕਿਉਂਕਿ ਮੈਂ ਚਾਹੁੰਦਾ ਵੀ ਕੰਮ ਕਰਵਾਉਣ ਵਾਸਤੇ ਰੱਖੋ, ਕਿਉਂਕਿ ਕਿਸੇ ਦੇ ਘਰੇ ਰੋਟੀ ਰੱਖੂਗੀ ਨਾ, ਕਿਸੇ ਦੇ ਬੱਚਿਆਂ ਦੇ ਵਿਚਾਰੇ ਦੇ ਮੂੰਹ 'ਚ ਤਾਂ ਕੁਛ ਪਊਗਾ ਨਾ, ਪਰ ਮਾਨਸਿਕਤਾ ਸਹੀ ਭਾਵਨਾ ਠੀਕ ਹੋਣੀ ਚਾਹੀਦੀ ਹੈ। ਹੁਣ ਜਿਵੇਂ ਆਪਾਂ ਇੱਥੋਂ ਦੇ ਬੱਚਿਆਂ ਦੀ ਗੱਲ ਕਰਦੇ ਹਾਂ, ਭੈਣ ਜੀ ਨੇ ਕਿਹਾ ਵੀ ਬੱਚੇ ਇੱਥੇ ਆ ਕੇ ਖੁਸ਼, ਉਹ ਬੱਚਾ ਦੀ ਭੈਣ ਜੀ ਨੇ ਨਾਲ ਹੀ ਤੇ ਸਟੱਡੀ ਵੀ ਬੋਲੀ ਆ ਨਾ ਜੀ ਜੀ, ਵੀ ਉਹਨਾਂ ਨੇ ਕਿੰਨੀ ਸਟੱਡੀ ਕੀਤੀ, ਕਿੰਨੀ ਮਿਹਨਤ ਕੀਤੀ। ਹੁਣ ਮੰਨ ਲਓ ਉਹੀ ਬੱਚੇ ਸਰਕਾਰੀ ਜੋਬ ਨਹੀਂ ਮਿਲਦੇ, ਮੈਂ ਕਦੇ ਕਿਸੇ ਸਰਕਾਰਾਂ ਨੂੰ ਨਹੀਂ ਨਿੰਦਦਾ, ਮੈਂ ਮਾੜਾ ਨਹੀਂ ਕਹਿੰਦਾ, ਮੈਂ ਇੰਡੀਆ ਨੂੰ ਤੇ ਕੈਨੇਡਾ ਨੂੰ ਕੋਈ ਵੱਡਾ ਛੋਟਾ ਨਹੀਂ ਦਿਖਾਉਣਾ ਚਾਹੁੰਦਾ, ਪਰ ਜਦੋਂ ਉਹਨਾਂ ਬੱਚਿਆਂ ਨੂੰ ਉੱਥੇ ਨੌਕਰੀ ਨਾ ਮਿਲੀ, ਜਦੋਂ ਉਹਨਾਂ ਨੂੰ ਉੱਥੇ ਪੇ ਨਾ ਮਿਲੀ, ਜਦੋਂ ਉੱਥੇ ਆਹ ਸਾਰੀਆਂ ਸਹੂਲਤਾਂ ਨਾ ਮਿਲੀਆਂ, ਤੇ ਫਿਰ ਉਹ ਉੱਥੇ ਖੁਸ਼ ਕਿਵੇਂ ਹੋਣਗੇ? ਇੱਥੇ ਆ ਕੇ ਤਾਂ ਵੀ ਖੁਸ਼ ਆ ਨਾ, ਸਹੂਲਤਾਂ ਵੀ ਆ, ਸਾਰਾ ਕੁਛ ਆ। ਹੁਣ ਉਹ ਧੀ ਰਾਣੀ ਸਾਡੀ, ਉਹ ਪਹਿਲਾਂ ਇਕੱਲੀ ਵਿਚਾਰੀ, ਹੁਣ ਜਦੋਂ ਮੈਂ ਭੈਣ ਜੀ ਉਹਨੂੰ ਅੰਦਰ ਵੀ ਨਾਲ ਗਏ, ਜਾਂ ਮੈਨੂੰ ਇਹ ਲੱਗਿਆ ਵੀ ਇਹਨਾਂ ਨੇ ਥੋੜੇ ਦਿਨਾਂ ਬਾਅਦ ਜਾਣਾ, ਤੇ ਮੇਰੇ ਮਨ 'ਚ ਇੱਕ ਵਰਤਾ ਆਇਆ ਨਾ ਵੀ ਬੇਟੀ ਯਾਰ ਛੋਟੀ ਆ, ਬੇਸ਼ੱਕ ਉਹ ਬਹੁਤ ਸਿਆਣੀ ਆ। ਜਾਂ ਆਪਾਂ ਪਲੱਸ ਟੂ ਵਾਲੇ ਬੱਚਿਆਂ ਦੀ ਗੱਲ ਕਰਦੇ ਹਾਂ, ਜਦੋਂ ਆਪਾਂ ਇੱਥੇ ਛੱਡ ਕੇ ਇਕੱਲਿਆਂ ਨੂੰ ਜਾਂਦੇ ਹਾਂ, ਦਿਲ ਤਾਂ ਮਾਤਿਆਂ ਦੇ ਵਿੱਚ ਹੁੰਦਾ ਨਾ, ਮਮਤਾ ਵਿੱਚ ਹੁੰਦਾ ਨਾ, ਉਹ ਸੋਚਦੇ ਦਿਲ ਪੁਰਾਤਾ। ਮਤਲਬ ਮੈਂ ਉਹ ਤੁਹਾਡੀ ਗੱਲ ਦਾ ਜਵਾਬ ਸਹੀ ਦੇਵਾਂ,
कि बिल्कुल ता बच्चे इतने आके खुश है उन्होंने सहूलत मिलती हैं उन्होंने उन्होंने मेहनत का मिल मुल मिलता है उन्होंने किसी किस्म की समस्या ने उत्थे भी मिले उत्थे भी साड़ियां सरकारां इस किस्म का प्रबंध करन उत्थे भी उन्होंने जिस किस्म की उन्होंने स्टडी आ उस किस्म दी पेयां देण ते उन्होंने काम के मौके पैदा कर रुजगार के मौके पैदा कर उन्होंने वास्ते सोर्स पैदा कर बच्चे उत्थे भी खुश रह सकते कोई एडा दी गल नहीं जी ਪਹਿਲੀ ਜਿਵੇਂ ਤੁਸੀਂ ਉੱਥੇ ਲੰਮਾ ਟਾਈਮ ਜਿਹੜੀ ਜੌਬ ਕੀਤੀ ਆ ਤੇ ਇੱਥੇ ਅਸੀਂ ਆਹ ਕੰਟਰੀ ਦੇ ਵਿੱਚ ਆ ਕੇ ਦੇਖਦੇ ਹਾਂ ਕਿ ਹਰ ਨੂੰ ਜਿਹੜਾ ਕਹਿ ਲਈਏ ਕਿ ਚਲੋ ਹੁਣ ਥੋੜ੍ਹਾ ਜਿਹਾ ਡਿਫਰੈਂਟ ਟ੍ਰੈਂਡ ਹੋ ਗਿਆ ਕਿ ਕੁਛ ਉੱਥੋਂ ਜਿਹੜੇ ਕਹਿ ਲਈਏ ਕਿ ਡਾਲਰ ਲੈ ਆਉਂਦੇ ਆ ਨਹੀਂ ਤਾਂ ਪਹਿਲਾਂ ਜੇ ਅਸੀਂ ਪੰਜ ਸੱਤ ਸਾਲ ਪਹਿਲਾਂ ਦੀ ਗੱਲਬਾਤ ਕਰ ਲਈਏ ਤਾਂ ਕੋਈ ਵੀ ਮੋਸਟਲੀ ਜ਼ਿਆਦਾਤਰ ਇੱਥੋਂ ਜੀਰੋ ਤੋਂ ਹੀ ਸਟਾਰਟ ਕਰਦੇ ਸੀ ਸਾਰੀ ਸਟਰਗਲ ਲਾਈਫ ਹੁੰਦੀ ਸੀ ਆ ਕੇ ਸਾਰੇ ਜੌਬਾਂ ਕਰਦੇ ਸੀ ਹੁਣ ਤੁਸੀਂ ਵੀ ਉੱਥੇ ਜੌਬ ਕੀਤੀ ਅਤੇ ਇੱਥੋਂ ਦੀ ਜਿਹੜੇ ਇੱਥੇ ਵੀ ਹੁਣ ਤੁਸੀਂ ਦੇਖਦੇ ਜਿੰਨਿਆਂ ਨੂੰ ਮਿਲੇ ਹੋਵੋਗੇ ਤਾਂ ਮੋਸਟਲੀ ਉਹ ਵੀ ਸਾਰੇ ਜੌਬਾਂ 'ਤੇ ਜਾਂਦੇ ਹੋਣਗੇ ਸਾਰਿਆਂ ਦਾ ਸਕੈਜੂਅਲ ਹੋਊਗਾ ਅਤੇ ਇਹਦੇ 'ਚ ਤੁਹਾਨੂੰ ਕੋਈ ਫਰਕ ਲੱਗਿਆ ਉੱਥੋਂ ਅਤੇ ਇੱਥੋਂ 'ਚ मैं देखा कि इतने के बच्चे खुश ने जॉब्स कर मैं लड़कियां देखिए छोटे छोटे स्टोर से काम कर दिया ने उन्होंने फेस से मैंने तो बड़ी खुशी ही लगती है भी इस तरह लगता कि भी हजे मैं उत्थे मैं कई लड़कियों ने स्टोर से काम करते देखे उन्होंने चेहरे थोड़े जे थके मुरझाए लगते ने मैनू पर मैं इतने नहीं लगे दैट्स ऑल फ्रेश आई थिंक जहां मैं डीपली उन्होंने ना नहीं जानती होंगी पर मैं जो उन्होंने देखा इतने काम करद तो आई फील कि खुश ही लग रहे मैं बच्चे शहर दे विच गए हो बड़ा सोहना शहर नूं सजा होया देखिया जगह जगह ते फ्लावर देखिया जगह जगह ते पार्कां दे विच देखिया की उत्थे अपनी यूनिवर्सिटी दे विच वी इस तरह दे फुल बूटे बहुत तरह दे जिहड़े आ रहे आ वी जिहड़े उत्थे मतलब कोई नवीं खोजां वी इस तरह करके बिल्कुल तुसीं एक वारी यूनिवर्सिटी नूं जरूर विजिट करो जे तुसीं नहीं गए तां यूनिवर्सिटी जरूर जाओ उत्थे साडे कोल बड़ी विभिन्नता अलग अलग तरह दी साडे खेतीबाड़ी तो है ही है इस वेले उहदे च बीज तरह तरह दे ऑर्गेनिक फार्मिंग है साडे कोल हर तरह दे बीज मैं टेक्निकली चाहे साइंटिफिकली ना दस पावां पर विविडिटी जिहनूं कहिंदे वैरायटी ऑफ सीड्स जिहड़ी बहुत विभिन्नता नवे तरह की जिहड़ी खोज इस टाइम कितें भी हो रही है वह पीएच हो रही है साडा हर बच्चा बारले सानू बारले मतलब बारले देशों तो एड मिल रही है साडे बच्चे उत्थे रिसर्च कर रहे ने साडे कोल प्रोजेक्ट ने फंडिंग आंदी है साडे कोल मैं फंडिंग वाले प्रोजेक्ट दस साल काम किया खुद इस करके मैं दस सकती हूँ इस चीज़ को एथिकली दस सकती हूँ तो कि जिहड़ी साडी फॉरन फंडिंग है साडे जिहड़े एग्रीमेंट्स अलग अलग यूनिवर्सिटीज़ नाल होए हुए ने तो साडे बच्चों नू फंड दिंदे ने उन्होंने बार भी ले जाते हैं साडे बच्चे उत्थे बैठे नहीं करन जांदे इवन साडे साइंटिस्ट साडे कोल पंजाब गवर्नमेंट ने सानू फंड दित्ते हुए ने अलग इंटरनेशनल लेवल ते हो रही ने साडे साइंटिस्ट इत्थे आंदे ने छे छे महीने दे इत्थे पूरा ओह लैके जांदे ने तजर्बा ओह फिर पीएयू च इंप्लीमेंट करदे ने फिर ओह प्रोजेक्ट बनांदे ने जिहड़ी जिहड़ी उहनां नूं नवीं तकनीक चाहीदी हुंदी है ओह फिर दसदे ने सानूं आह आह चाहीदी है चाहे ओह 1 करोड़ दी मशीन होवे चाहे ओह 10 करोड़ दी होवे ओह सरकार या ਬਾਹਰਲੀ ਸਰਕਾਰ ਜਾਂ ਸਾਡੀ ਸਰਕਾਰ ਮਿਲ ਕੇ ਡੀਬੀਟੀ ਜਿੰਦਗੀ ਦਾ ਬਾਇਓਟੈਕਨੋਲੋਜੀ ਡਿਪਾਰਟਮੈਂਟ ਦਾ ਸੈਂਟਰ ਦਾ ਜਾਂ ICAR ਹੋਇਆ ਜਿਹੜਾ ਸੈਂਟਰ ਦਾ ਵਾ ਇੰਡੀਅਨ ਕੌਂਸਲ ਆਫ ਐਗਰੀਕਲਚਰ ਰਿਸਰਚ ਔਰ ਹੋਰ ਏਜੰਸੀਜ਼ ਜਿਹੜੀਆਂ ਪੀਏਯੂ ਨਾਲ ਰਲ ਕੇ ਪ੍ਰੋਜੈਕਟ ਮਿਲਦੇ ਨੇ ਸਾਨੂੰ ਬਾਹਰੋਂ ਜਾਂ ਮਤਲਬ ਤੇ ਫਿਰ ਉਹਦੇ ਨਾਲ ਸਾਡੀ ਜਿਹੜੀ ਹੈ ਖੋਜ ਜਿਹੜੀ ਇਸ ਲੈਵਲ ਤੱਕ ਪੂਰੇ ਇੰਟਰਨੈਸ਼ਨਲ ਲੈਵਲ ਤੱਕ ਯੂਨੀਵਰਸਿਟੀ ਦੀ ਖੋਜ ਹੋ ਰਹੀ ਹੈ ਜਿਹੜੀ ਤੁਸੀਂ ਇੱਕ ਲੱਗਦਾ ਸਵਾਲ ਹੋਰ ਮੈਂ ਕਰਨ ਲੱਗਿਆ ਬਰਾਲ ਸਾਨੂੰ ਰੋਕਿਆ ਜਿਵੇਂ ਆਪਾਂ ਦੇਖਿਆ ਭੈਣ ਜੀ ਸਾਡੇ ਪੰਜਾਬ ਦੇ ਵਿੱਚ ਵੀ ਹੋਰ ਜਗ੍ਹਾ 'ਤੇ ਵੀ ਬਹੁਤ ਜ਼ਿਆਦਾ ਬਿਮਾਰੀਆਂ ਜਿਹੜੀਆਂ ਲੋਕਾਂ ਨੂੰ ਝੁੰਬੜ ਰਹੀਆਂ ਜਿਹਦਾ ਮੁੱਖ ਕਾਰਨ ਆ ਕਿ ਉੱਥੇ ਜਿਹੜੀ ਪੋਇਜ਼ਨ ਆ ਸਾਡੇ ਖੇਤਾਂ ਦੇ ਵਿੱਚ ਪੈਸਟੀਸਾਈਡ ਆ ਬਹੁਤ ਜ਼ਿਆਦਾ ਸਿੱਟੀ ਜਾ ਰਹੀ ਆ ਖਾਣ ਪੀਣ ਵਾਲਿਆਂ ਰੇਹ ਸਪਰੇਅ ਇੰਨਾ ਜ਼ਿਆਦਾ ਆ ਸਬਜ਼ੀਆਂ ਵਗੈਰਾ 'ਤੇ ਵੀ ਆ ਫਸਲਾਂ 'ਤੇ ਵੀ ਆ ਜਿਵੇਂ ਅਸੀਂ ਮੰਨ ਲਓ ਕੋਈ ਵੀ ਫਸਲ ਉਗਾਉਂਦੇ ਹਾਂ ਚਾਹੇ ਉਹ ਕਣਕ ਦੀ ਆ ਚਾਹੇ ਹੋਰ ਆ ਕੀ ਇਹਦੇ ਵਾਸਤੇ ਵੀ ਕੋਈ ਨਵੀਆਂ ਗੱਲਾਂ ਜਾਂ ਲੋਕਾਂ ਨੂੰ ਦੱਸਾਂ ਜਿਵੇਂ ਹੁਣ ਤੁਸੀਂ ਉੱਥੇ ਕਿਸਾਨ ਮੇਲਾ ਕਰਾਉਂਦੇ ਹੋ ਹੋਰ ਕਰਾਉਂਦੇ ਹੋ ਇਹ ਇਸ ਤਰ੍ਹਾਂ ਦੀ ਵੀ ਕੋਈ ਕਲਾਸਿਸ ਜਾਂ ਉਹਨਾਂ ਨੂੰ ਪੜ੍ਹਾਈ ਜਾਂਦੀ ਹੈ ਜਾਂ ਦੱਸੀ ਜਾਂਦੀ ਹੈ ਵੀ ਆਹ ਚੀਜ਼ਾਂ ਨਾ ਵਰਤੋ ਵੀ ਜਿਹੜੀਆਂ ਤੁਹਾਡਾ ਨੁਕਸਾਨ ਨਾ ਕਰਨ ਵੀ ਕਿਉਂਕਿ ਜੇ ਮਨੁੱਖ ਜਿਉਂਦਾ ਹੈ ਮਨੁੱਖ ਤੰਦਰੁਸਤ ਆ ਉਹਦੀ ਜ਼ਿੰਦਗੀ ਆ ਜੇ ਉਹ ਤੰਦਰੁਸਤ ਨਹੀਂ ਗਾ ਉਹਨੇ ਪੈਸਾ ਧੇਲਾ ਧਨ ਦੌਲਤ ਕੀ ਕਰਨੀ ਹੈ ਜੇ ਉਹਦੀ ਸਿਹਤ ਹੀ ਨਹੀਂ ਜਾਇਜ਼ ਦਿੰਦੀ ਤੇ ਇਹ ਵੀ ਇੱਕ ਜਿਹੜੀ ਮਤਲਬ ਸੋਚਣ ਵਾਲਾ ਵਿਸ਼ਾ ਇਹਦੇ 'ਤੇ ਵੀ ਕੋਈ ਚੱਲ ਰਿਹਾ ਹਾਂਜੀ ਯੂਨੀਵਰਸਿਟੀ ਸਾਡੇ ਡਿਪਾਰਟਮੈਂਟ ਆ ਪੂਰਾ ਪੈਥੋਲੋਜੀ ਡਿਪਾਰਟਮੈਂਟ ਹੈ
ਜਿਹੜੀ ਦਵਾਈਆਂ ਆ ਜਾਂ ਜੋ ਵੀ ਮੈਂ ਸਾਇੰਟੀਫਿਕਲੀ ਸ਼ਾਇਦ ਨਾ ਦੱਸ ਸਕਾਂ ਪਰ ਸਾਡੇ ਕੋਲ ਇੱਕ ਪਿੱਛੇ ਜਿਹੇ SMS ਐਪ ਵੀ ਅਸੀਂ ਬਣਾਈ ਸੀ ਕਿਸਾਨਾਂ ਨਾਲ ਸਾਡੇ ਮਤਲਬ ਸਾਡੇ ਇੱਕ ਡਿਪਾਰਟਮੈਂਟ ਐਕਸਟੈਂਸ਼ਨ ਡਿਪਾਰਟਮੈਂਟ ਉਹ ਕਿਸਾਨਾਂ ਨਾਲ ਪੂਰਾ ਰਾਫਤਾ ਰੱਖਦਾ ਕਿਸਾਨਾਂ ਦੀ ਪੂਰੇ ਅਪਰੋਚੇਬਲ ਹੈ ਉਹ ਆਉਂਦੇ ਨੇ ਉੱਥੇ ਮਤਲਬ ਫੋਨ ਕਰਦੇ ਨੇ ਇੱਕ ਸਾਡੇ ਰਸਾਲੇ ਨਿਕਲਦੇ ਨੇ ਮੰਥਲੀ ਵੀ ਕਿਸਾਨ ਕੀ ਕਰਨ ਕਿਸ ਕਿਵੇਂ ਆਪਣੀ ਫਸਲਾਂ ਨੂੰ ਬਚਾਉਣ ਜਾਂ ਉਹ ਆਪਣਾ ਲੈ ਕੇ ਆ ਸਕਦੇ ਨੇ ਉੱਥੇ ਸਾਡੇ ਡਿਪਾਰਟਮੈਂਟ ਆ ਸਾਡੇ ਕਿਸਾਨ ਦੱਸਦੇ ਨੇ ਉਹਨਾਂ ਨੂੰ ਕਿਵੇਂ ਕਿਵੇਂ ਸੀ ਬਾਕੀ ਜਿਹੜੀ ਮੇਨ ਜੇ ਜ਼ਮੀਨ ਵਿੱਚ ਜਿਹੜੀ ਚੀਜ਼ਾਂ ਆ ਚੁੱਕੀਆਂ ਉਹ ਤਾਂ ਸਰਕਾਰਾਂ ਨੂੰ ਵੀ ਦੇਖਣਾ ਚਾਹੀਦਾ ਕਿਸੇ ਨਾ ਕਿਸੇ ਤਰੀਕੇ ਸਬਸਿਡੀ ਜਾ ਕਿਉਂਕਿ ਮੈਂ ਇਸ ਫੀਲਡ 'ਚ ਤਾਂ ਨਹੀਂ ਪਰ ਮੈਨੂੰ ਤਾਂ ਫੀਲ ਹੁੰਦਾ ਕਿ ਜਿੱਦਾਂ ਇੱਥੇ ਦੇ ਕਿਸਾਨ ਜੇ ਸਾਰੀ ਚੀਜ਼ਾਂ ਉਗਾ ਸਕਦੇ ਨੇ ਤਾਂ ਉੱਥੇ ਦੇ ਕਿਉਂ ਨਹੀਂ ਉਹਨਾਂ ਨੂੰ ਸਬਸਿਡੀ ਦਿੱਤੀ ਜਾਵੇ ਉਹਨਾਂ ਨੂੰ ਸਬਸਿਡਾਈਜ਼ ਕੀਤਾ ਜਾਵੇ ਉਹਨਾਂ ਨੂੰ ਤਾਂ ਕਿ ਉਹ ਵਾਲੀ ਫਸਲਾਂ ਉਗਾਉਣ ਤਾਂ ਜਿਹੜੀ ਕਿ ਆਮ ਮਨੁੱਖਤਾ ਲਈ ਸਾਡੇ ਜਿਹੜੇ ਲੋਕ ਆ ਜਿਹੜੇ ਪਤਾ ਕਿ ਬਠਿੰਡੇ ਵਾਲੀ ਸਾਈਡ ਮੈਂ ਹੋਰ ਵੀ ਦੇਖਦਾ ਕਿੰਨਾ ਕੈਂਸਰ ਕਿੰਨਾ ਫੈਲ ਚੁੱਕਾ ਹੈ ਕਿ ਉੱਥੇ ਟ੍ਰੇਨ ਰਾਜਸਥਾਨ ਤੋਂ ਆਉਂਦੀ ਹੈ ਉਸ ਟ੍ਰੇਨ ਦਾ ਨਾਮ ਹੀ ਕੈਂਸਰ ਟ੍ਰੇਨ ਹੈ ਜੀ ਬੈਲਟ ਆ ਜੀ ਉਹ ਤਾਂ ਕੈਂਸਰ ਵਾਲੀ ਬੈਲਟ ਇੰਨੀ ਜ਼ਿਆਦਾ ਉਸ ਟ੍ਰੇਨ ਦਾ ਨਾਮ ਹੀ ਕੈਂਸਰ ਟ੍ਰੇਨ ਪਾਇਆ ਹੋਇਆ ਹੈ ਇੰਨੇ ਲੋਕ ਇਹ ਪੈਸਟੀਸਾਈਡ ਕੀ ਪਤਾ ਕਿਸ ਕਰਕੇ ਪਰ ਕਾਫੀ ਲੋਕਾਂ ਨੇ ਇਸ ਚੀਜ਼ ਦਾ ਅਸਰ ਤਾਂ ਹੋ ਹੀ ਰਿਹਾ ਬਿਲਕੁਲ ਕਿਸਾਨਾਂ ਨੂੰ ਸਬਸਿਡਾਈਜ਼ ਮੈਨੂੰ ਨਹੀਂ ਕੋਈ ਮੇਰਾ ਸਬਜੈਕਟ ਤਾਂ ਨਹੀਂ ਪਰ ਫਿਰ ਵੀ ਐਜ਼ ਏ ਪੰਜਾਬ ਦੇ ਨਾਲ ਪੰਜਾਬੀ ਹੋਣ ਦੇ ਨਾਤੇ ਮੈਨੂੰ ਲੱਗਦਾ ਕਿ ਜੇ ਕਿਸਾਨਾਂ ਨੂੰ ਸਬਸਿਡਾਈਜ਼ ਕੀਤਾ ਜਾਵੇ ਤੇ ਉਹ ਉਹਨਾਂ ਚੀਜ਼ਾਂ ਤੋਂ ਦੂਸਰੀ ਚੀਜ਼ਾਂ ਜਾਂ ਜ਼ਮੀਨ ਦੀ ਹੈਲਥ ਬਾਰੇ ਦੇਖ ਸਕਣ ਜੀ ਬਿਲਕੁਲ ਇੱਕ ਵਾਈਸ ਚਾਂਸਲਰ ਕਿੰਨੇ ਸਾਇੰਟਿਸਟ ਅਸੀਂ ਲੋਕ ਸਭ ਲੋਕ ਇਨਵੋਲਵ ਹੁੰਦੇ ਆ ਉਹ ਸਾਡੇ ਘਰ ਇੱਕ ਵਿਆਹ ਹੁੰਦਾ ਔਰ ਇੱਕ ਜਗ੍ਹਾ ਨਹੀਂ ਸਾਡੇ ਸਾਰੇ ਸਟੇਸ਼ਨਾਂ ਤੇ ਲੱਗਦਾ ਮੇਲਾ ਫਿਰੋਜ਼ਪੁਰ ਜਿੰਨੇ ਸਾਡੇ ਯੂਨੀਵਰਸਿਟੀ ਦਾ ਹਰ ਡਿਸਟ੍ਰਿਕਟ ਚ ਸਟੇਸ਼ਨ ਨੇ ਸਾਡੇ ਮੋਗਾ ਫਿਰੋਜ਼ਪੁਰ ਮੁਕਤਸਰ ਗੁਰਦਾਸਪੁਰ ਮੈਂ ਸਾਰੇ ਡਿਟੇਲ ਸ਼ਾਇਦ ਨਾਮ ਨਾਲ ਆ ਪਾਵਾਂ ਨੈਟ ਤੇ ਅਵੇਲੇਬਲ ਨੇ ਸਾਰੇ ਸਾਡੇ KVKs ਨੇ ਕਿਸਾਨ ਕ੍ਰਿਸ਼ੀ ਵਿਗਿਆਨ ਕੇਂਦਰ ਜਿਹੜੇ ਨੇ ਔਰ ਸਾਡੇ ਕਿਸਾਨ ਜਿਹੜੇ ਸੈਂਟਰ ਨੇ ਜਗ੍ਹਾ ਜਗ੍ਹਾ ਰਿਸਰਚ ਸੈਂਟਰ ਨੇ ਸਾਡੇ ਅਲੱਗ ਅਲੱਗ ਪੂਰੇ ਪੰਜਾਬ ਚ ਉੱਥੇ ਵੀ ਮੇਲੇ ਲੱਗਦੇ ਨੇ ਕੱਲੇ ਪੀਜੂ ਚ ਨਹੀਂ ਸਭ ਜਗ੍ਹਾ ਮੇਲੇ ਲੱਗਦਾ ਨਾ ਮਾਰਚ ਵਿੱਚ ਇੱਕ ਮੇਲਾ ਲੱਗਦਾ ਦੋ ਦਿਨ ਦਾ ਇੱਕ ਸਤੰਬਰ ਚ ਮੇਲਾ ਲੱਗਦਾ ਸਾਲ ਚ ਦੋ ਵਾਰ ਜੇ ਫਸਲਾਂ ਦੀ ਹਾੜੀ ਸੋਨੀ ਦੀ ਬੀਜ ਆਉਂਦੇ ਨੇ ਬੀਜ ਹੁੰਦੇ ਨੇ ਉਹ ਮੇਲੇ ਦੇ ਵਿੱਚ ਕਿਸਾਨਾਂ ਨੂੰ ਸਾਰੀ ਜਾਣਕਾਰੀ ਦਿੱਤੀ ਜਾਂਦੀ ਹੈ ਬੀਜ ਦਿੱਤੇ ਜਾਂਦੇ ਨੇ ਉਹਨਾਂ ਨੂੰ ਕਿਸਾਨਾਂ ਦੀਆਂ ਰਾਤ ਨੂੰ 3 ਵਜੇ ਲਾਈਨਾਂ ਲੱਗ ਜਾਂਦੀਆਂ ਨੇ ਠੀਕ ਹੈ ਜੀ ਤੇ ਉਹਨਾਂ ਨੂੰ ਸਾਰਾ ਬੀਜ ਸਪਲਾਈ ਕੀਤਾ ਜਾਂਦਾ ਜਿਹੜੀ ਨੈਕਸਟ ਫਸਲ ਉਹਨਾਂ ਨੇ ਲਾਣੀ ਹੁੰਦੀ ਹੈ ਕਿਸਾਨਾਂ ਨੂੰ ਪੂਰੀ ਵੇਟ ਹੁੰਦੀ ਹੈ ਔਰ ਉੱਥੇ ਯੂਨੀਵਰਸਿਟੀ ਨੂੰ ਰਿਲਾਈ ਕਰਦੇ ਨੇ ਵਿਸ਼ਵਾਸ ਕਰਦੇ ਨੇ ਬਕਾਇਦਾ ਉਹਨੂੰ ਦੱਸਿਆ ਜਾਂਦਾ ਵੀ ਕਿੰਨੀ ਮਾਤਰਾ ਦੇ ਵਿੱਚ ਬਿਲਕੁਲ ਬਿਲਕੁਲ ਉਹ ਤੋਂ ਬੀਜ ਲੈ ਕੇ ਜਾਂਦੇ ਨੇ ਸਾਰੇ ਤੁਸੀਂ ਨੈਟ ਤੇ ਦੇਖੋ ਇਸ ਵਾਲੇ ਮੇਲੇ ਦੇ ਇਸ ਵਾਰੀ ਜਿਹੜਾ ਕੋਵਿਡ ਤੋਂ ਬਾਅਦ ਹੁਣ ਮੇਲਾ ਲੱਗਿਆ ਬਹੁਤ ਭਰਿਆ ਮੇਲਾ ਬਹੁਤ ਵਧੀਆ ਬਹੁਤ ਅੱਛਾ ਮੇਲਾ ਗਿਆ ਬਹੁਤ ਵੀ ਵਿਕਿਆ ਸਾਡਾ ਠੀਕ ਹੈ ਜੀ ਮੇਲਾ ਜਿਹੜਾ ਆਮ ਅਸੀਂ ਦੇਖਦੇ ਹਾਂ ਸਾਰੇ ਕਿਸਾਨਾਂ ਦੇ ਵਿੱਚ ਵੀ ਇਹ ਆਮ ਜਦੋਂ ਗੱਲਬਾਤ ਚੱਲਦੀ ਹੈ ਕਿ ਉੱਥੇ ਲੁਧਿਆਣੇ ਜਿਹੜੀ ਯੂਨੀਵਰਸਿਟੀ ਦੇ ਵਿੱਚ ਮੇਲਾ ਲੱਗਿਆ ਤੇ ਆਪਾਂ ਗੇੜਾ ਮਾਰ ਕੇ ਆਈਏ ਦੇਖ ਕੇ ਆਈਏ ਉੱਥੇ ਪਰ ਜਿਹੜਾ ਕਹਿ ਦਈਏ ਯੂਨੀਵਰਸਿਟੀ ਵੱਲੋਂ ਜਿਹੜੇ ਆਮ ਕਿਸਾਨ ਆ ਅਸੀਂ ਦੇਖਦੇ ਹਾਂ ਕਿ ਜਿਹੜੇ ਕੁਛ ਬਠਿੰਡਾ ਏਰੀਆ ਹੋ ਗਿਆ ਜਾਂ ਉੱਧਰੋਂ ਆਪਣਾ ਹੰਬੋਰ ਏਰੀਆ ਹੋ ਗਿਆ ਤੇ ਕਈ ਵਾਰ ਉਹ ਚੀਜ਼ਾਂ ਜਿਹੜੀਆਂ ਉਹਨਾਂ ਤੱਕ ਤੁਸੀਂ ਕਿਵੇਂ ਅਪਰੋਚ ਕਰਦੇ ਜਾਂ ਉਹ ਤੁਹਾਨੂੰ ਕਿੱਦਾਂ ਅਪਰੋਚ ਕਰਦੇ ਕਿਵੇਂ ਉਹਨਾਂ ਨੂੰ ਐਜੂਕੇਟ ਕਰਦੇ ਜਾਂ ਜਿਹੜਾ ਨਵਾਂ ਯੂਥ ਆ ਹੁਣ ਦੇਖਦੇ ਹਾਂ ਅਸੀਂ ਕਈ ਕਾਨਵੈਂਟ ਸਕੂਲਾਂ 'ਚ ਪੜ੍ਹਦੇ ਆ ਬੱਚੇ ਤੇ ਉਹਨਾਂ ਦਾ ਕਿਤੇ ਨਾ ਕਿਤੇ ਖੇਤੀ ਨਾਲੋਂ ਜਿਹੜਾ ਲਿੰਕ ਟੁੱਟ ਜਾਂਦਾ ਉਹਨਾਂ ਨੂੰ ਤੁਸੀਂ ਜੋੜਨ ਦੇ ਵਿੱਚ ਵੀ ਕੁਛ ਉਪਰਾਲੇ ਕਰਦੇ ਹਾਂ ਬਿਲਕੁਲ ਬਿਲਕੁਲ ਸਾਡੇ ਜਿੱਦਾਂ ਤੁਸੀਂ ਕਹਿੰਦੇ ਬਠਿੰਡਾ ਸਭ ਹੀ ਸਟੇਸ਼ਨ ਤੇ ਸਾਡੇ ਮੇਲੇ ਲੱਗਦੇ ਨੇ ਜੀ ਜਦੋਂ ਸਾਡੇ ਬੱਚੇ ਯੂਨੀਵਰਸਿਟੀ ਦਾਖਲਾ ਲੈਂਦੇ ਨੇ ਨਾ ਤੇ ਜਦੋਂ ਉਹਨਾਂ ਦਾ ਸੈਸ਼ਨ ਸਟਾਰਟ ਹੁੰਦਾ ਕਿਉਂਕਿ ਮੈਂ ਤਾਂ ਦੱਸ ਸਕਦੀ ਹਾਂ ਕਿ ਮੇਰੀ ਬੇਟੀ ਤੇ ਬੇਟਾ ਇੱਥੇ ਪੜ੍ਹੇ ਨੇ ਤਾਂ ਮੈਨੂੰ ਪਤਾ ਤੇ ਉਹਨਾਂ ਦੀ ਜਦੋਂ ਜੁਲਾਈ ਅਗਸਤ ਵਿੱਚ ਉਹਨਾਂ ਦੀ ਐਡਮਿਸ਼ਨ ਹੁੰਦੀ ਹੈ ਤੇ ਸਤੰਬਰ ਦੇ ਮੇਲੇ 'ਚ ਉਹਨਾਂ ਦੀ ਡਿਊਟੀਆਂ ਲੱਗ ਜਾਂਦੀਆਂ ਨੇ ਜੀ ਸਭ ਹਰ ਸਟੂਡੈਂਟ ਦੀ ਡਿਊਟੀ ਲੱਗਦੀ ਹੈ ਜਿੰਨੇ ਸਟੂਡੈਂਟ ਉੱਥੇ ਹਾਂ ਨਵੇਂ ਆਉਂਦੇ ਨੇ ਜਾਂ ਸਭ ਦੀਆਂ ਡਿਊਟੀਆਂ ਲੱਗਦੀਆਂ ਉਹਨਾਂ ਦਾ ਇੱਕ ਜਿਨ੍ਹਾਂ ਨੇ NSO ਜਾਂ NS ਉੱਚ ਲਿਆ ਹੁੰਦਾ ਨਾ ਉਹਨਾਂ ਸਭ ਨੇ ਜਾਣੇ ਜਾਣਾ ਉਹਨਾਂ ਨੇ ਫਿਰ ਫੋਰਮ ਭਰਵਾਉਣੇ ਕਿਸਾਨਾਂ ਨਾਲ ਇੰਟਰੈਕਸ਼ਨ ਕਰਨੀ ਤੇ ਉਹਨਾਂ ਨੂੰ ਦੱਸਣਾ ਕਿ ਤੁਸੀਂ ਆਪਣੀ ਈਮੇਲ ID ਆਪਣਾ ਤੁਸੀਂ ਕਿਵੇਂ ਤੁਸੀਂ ਕਿਹਦਾ ਹੁੰਦਾ ਕਿ ਆਨਲਾਈਨ ਜਿਹਨੂੰ ਕਿਹਦਾ ਅਵੇਅਰ ਹੋਵੋ ਕਿੰਨੇ ਚੀਜ਼ਾਂ ਨਾਲ ਅਵੇਅਰ ਕਰਨਾ ਟੈਕਨੋਲੋਜੀ ਨਾਲ ਅਵੇਅਰ ਕਰਨਾ ਬੱਚਿਆਂ ਦੀ ਡਿਊਟੀ ਲੱਗਦੀ ਹੈ ਕਿਸਾਨਾਂ ਤੋਂ ਸਪੈਸ਼ਲੀ ਕਿ ਤੁਸੀਂ ਈਮੇਲ ਬਣਾਓ ਆਪਣੇ ਜਾਂ ਕਿੱਦਾਂ ਤੁਸੀਂ ਕਿਸਾਨੀ ਨਾਲ ਜੁੜੋ ਆਪਣੇ ਸਾਡੇ ਬੱਚਿਆਂ ਨੂੰ ਕਿਸਾਨਾਂ ਨਾਲ ਪਹਿਲੇ ਇੰਟਰੈਕਸ਼ਨ ਕਰਾਈ ਜਾਂਦੀ ਹੈ ਪਹਿਲੇ ਸਮੈਸਟਰ 'ਚ ਹੀ
मेरे बच्चों ने दोनों ने उत्थे की रहा मैं पता नहीं बहुत दसते पहले बार उन्होंने देखा ना कि पिंड चो किसान है मेरे तो कि मेरे बच्चे कॉलेज आके मैंने बेटी दसा करे मम्मा बोलन का तरीका और बच्चा यह चीज जो गैप है कवर हो जाता है बच्चे समझ आती है एग्रीकल्चर खेती बाड़ी पढ़ने लाए हुए उन्होंने वाह एदा यही जिन्होंने दसना उन्होंने को किन्नी देर ड्यूटियां लगदियां फिर बच्चों पिंड ड्यूटियां लगदियां ने जाते हैं बच्चे इंट्रैक्शन होंगी उत्थे फिर यूथ फेस्टिवल लगता उ बच्चे बड़ा कुछ सीखते हैं बहुत इंजॉय करते हैं जी शर्मा जी ये एडअप करना चाहो जिदा किसान हम किसान आप देखिए कि मेहनत करते कि मेहनत करके ईवन के जिहड़ी आपां रोटी खाने ते पैदा शुरू स्टार्ट तां उत्थों ही हुंदी आ राइट बाद च उहदी ब्रैड भी बनदी सारा कुछ कित्थों तक जांदा ईवन उहनां नूं उह चीज़ दा मुल बेशक घट मिलदा ते गांह दी गांह जिहड़े विच जिन्ने भी पार्ट आ गए ठीक है वो सारे अपना चोखा प्रॉफिट ले जाते हैं तो कित ना कि चीज़ तुहानूं भी लगती है कि किसान उस चीज़ तो वांझे रह जाते हैं देखो जी मैं एक गल पहला भी कहना हूं कि जिन्ना जिदे असं जाने वो सारिया चीज़ा प्लांट्स चो पैदा धरती चो पैदा हुण तुसीं साडे खाण वाली गल देखो मनुखी जिंदगी जिहड़ा मनुख जिंदगी जिउंदा है जी वह सारी चीज़ नूं धरती दिंदी है जे वह दवाइया है अशोका रिश्त है अशोका दे टिश्यू तो पैदा होंदी है अर्जुना रिश्त है वह अर्जुना तो पैदा होंदी है बिल्कुल वो सारी चीज़ तो धरती चो पैदा हुई उगाई किसान ने पैदा गाने किसान ने की हुण तुसीं बकरी गल आ भी कणक का आटा आटा पिया लिया उहदा मैदा कढ़ा लिया उहदियां पूरियां बना लिया जां तुसीं छोले भटूरे खा ले आए तो उत्थों ही आ रहे हुण तुसीं कोई भी चीज़ लो लो पैदा उत्थों होई पर मैं एक गल इत्थे कहनी चाहूंगा कि उहदी शुद्धता होनी सब तो जरूरी है जी क्योंकि जे तुसी कैमिकल वाली चीज खाओगे जे तुसी पॉइजन वाली चीज खाओगे तो तुसी घट जाओगे बीमार रहोगे तंदुरुस्त होके नहीं जाओगे हुण आपां इत्थे बैठे प्रोग्राम ही मान लो उदाहरण वजो आपां तिन्ने जणे प्रोग्राम कर रहे हैं जी एक जणे दा सिर दुखदा है जी एक दे पेन हो रही दिल करू प्रोग्राम सेहत ठीक नहीं ना सेहत क्योंकि सेहत दा रिष्ट पुष्ट होना सब तो जरूरी है सेहत रिष्ट पुष्ट तां होगी जे उहनूं पौष्टिक भोजन मिलेगा उहनूं जिहड़ा जिवें कह सकदे पॉइजन रहत जां स्प्रेहां रहत जां पेस्टिसाइड रहत जे उहनूं उह चीज़ां मिलणगियां हुण इत्थे प्रॉब्लम इक होर भी है बराड़ साहब जी मैं एक गल कहना हुंदा कि जिहड़ी चीज़ मंडी वास्ते पैदा होवे उहदे विच मनुखता दा घाण हुंदा जिहड़ी चीज़ मनुखता दा ख्याल रख के पैदा कीती जावे उहदे विच किसे तरहां दी कोई मैला फैट किसे तरहां दी कोई मिलावट नहीं हुंदी पहली गल तां साडी मानसिकता सारिआं दी इह होणी चाहीदी है कि चीज़ चलो असीं कमाई तां करनी करनी है पर इस किसम दा ना होवे कि निरा मुनाफे दे सोचिए कि मनुखता दा घाण करीए इह इत्थे आ के भी इक प्रॉब्लम आ जी दूसरे पासे जदों चीज़ नूं पैदा करना इस सुरत विरत नाल करना चाहीदा है कि ਉਹ ਕਿਸੇ ਨੇ ਖਾਣੀ ਆ ਕਿਸੇ ਦੇ ਅੰਦਰ ਜਾਣੀ ਆ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਮਿਲਾਵਟ ਨਹੀਂ ਹੋਣੀ ਚਾਹੀਦੀ ਤੀਜੀ ਗੱਲ ਕਿ ਸਮੇਂ ਦੀਆਂ ਸਰਕਾਰਾਂ ਨੂੰ ਇਹ ਖਿਆਲ ਰੱਖਣਾ ਚਾਹੀਦਾ ਹੈ ਕਿ ਜਿਹੜਾ ਹਲ ਵਾਹਕ ਹੈ ਜਿਹੜਾ ਜ਼ਮੀਨ ਵਾਹੁੰਦਾ ਹੈ ਜਿਹੜਾ ਖੇਤੀ ਕਰਦਾ ਹੈ ਕਿ ਉਹਨੂੰ ਇੰਨਾ ਕੁਛ ਬੀਜਣ ਦੇ ਬਾਅਦ ਉਹਨੂੰ ਕੱਟਣ ਦੇ ਬਾਅਦ ਸਾਰਾ ਕੁਛ ਪੈਦਾ ਕਰਨ ਦੇ ਬਾਅਦ ਉਹਦੇ ਕੁਛ ਪੱਲੇ ਪੈਂਦਾ ਕਿਉਂਕਿ ਸਾਲ ਭਰ ਦੇ ਉਹਨੇ ਖਰਚੇ ਕੱਢਣੇ ਆ ਹੋਰ ਵੀ ਉਹਨੂੰ ਸਹੂਲਤਾਂ ਦੀ ਲੋੜ ਆ ਉਹਦੇ ਬੱਚਿਆਂ ਨੇ ਵੀ ਪੜ੍ਹਨਾ ਉਹਨੂੰ ਮੈਡੀਕਲ ਸਹੂਲਤਾਂ ਵੀ ਆ ਉਹਨੇ ਜ਼ਿੰਦਗੀ ਵੀ ਜਿਉਣਾ ਉਹਨੇ ਕਿਤੇ ਜਾਣਾ ਆਉਣਾ ਵੀ ਆ ਕਿਉਂਕਿ ਖੇਤੀ ਦੀ ਫਸਲ ਨੂੰ ਜਿਵੇਂ ਮੈਂ ਕਹਿੰਦਾ ਹੁੰਦਾ ਸੂਚਕਾਂਕੜਾਂ ਨਾਲ ਜੋੜ ਕੇ ਬਲਕਿ ਹਮੇਸ਼ਾ ਇਹ ਜੇ ਪੰਜਾਬ ਦਾ ਹਿੰਦੁਸਤਾਨ ਦਾ ਵਰਲਡ ਦਾ ਕਿਸਾਨ ਮਰੂਗਾ ਤਾਂ ਲਕਾਈ ਮਰੂਗੀ ਬਿਲਕੁਲ ਕਿਉਂਕਿ ਜਿਹੜਾ ਜਿਵੇਂ ਕਹਿੰਦੇ ਆ ਵੀ ਅੰਨਦਾਤਾ ਕੌਣ ਆ ਕਿਸਾਨ ਜੀ ਜੇ ਕਿਸਾਨ ਦੀ ਉਹਦੀ ਹਾਲਤ ਮਾੜੀ ਆ ਜੀ ਤੇ ਫਿਰ ਉਹ ਅੰਨਦਾਤਾ ਕਿੱਥੇ ਰਹਿ ਗਿਆ ਉਹ ਤਾਂ ਵਿਚਾਰਾ ਭੁੱਖ ਦਾ ਤਾਂ ਆਪ ਰਹਿ ਗਿਆ ਕਿਉਂਕਿ ਭੁੱਖ ਦੁੱਖੇ ਨਾਲ ਤਾਂ ਆਪ ਤੜਫਣ ਲੱਗ ਗਿਆ ਜੀ ਜੀ ਤਾਂ ਇਹ ਬਣਦਾ ਕਿ ਸਮੇਂ ਦੀਆਂ ਸਰਕਾਰਾਂ ਨੂੰ ਇਸ ਤਰ੍ਹਾਂ ਦੇ ਕਾਨੂੰਨ ਇਸ ਤਰ੍ਹਾਂ ਦੇ ਨਿਯਮ ਬਣਾਉਣੇ ਚਾਹੀਦੇ ਆ ਕਿ ਕਿਸਾਨਾਂ ਨੂੰ ਕਿਸੇ ਗੱਲ ਦੀ ਪ੍ਰੋਬਲਮ ਨਾ ਆਵੇ ਤੇ ਕਿਸਾਨਾਂ ਨੂੰ ਵੀ ਬੜੇ ਤਰੀਕੇ ਨਾਲ ਕਿਉਂਕਿ ਜੇ ਕਾਨੂੰਨ ਹੀ ਉਦਾਂ ਦਾ ਬਣ ਜੂਗਾ ਤਾਂ ਉਹ ਕਿੱਥੋਂ ਮਾੜੀ ਚੀਜ਼ ਵਰਤਣਗੇ ਜਾਂ ਗਲਤ ਕਰਨਗੇ ਇਹ ਚੀਜ਼ਾਂ ਦਾ ਖਿਆਲ ਹੋਣਾ ਸਭ ਤੋਂ ਜ਼ਰੂਰੀ ਆ ਤੇ ਦੂਸਰੇ ਪਾਸੇ ਤੁਸੀਂ ਇੱਕ ਗੱਲ ਹੋਰ ਸੋਚੋ ਮੈਂ ਇਹ ਗੱਲ ਕਹਿੰਦਾ ਵੀ ਜੇ ਤੁਸੀਂ ਉਹਨਾਂ ਲਈ ਸਹੀ ਤਰੀਕੇ ਨਾਲ ਸੈਮੀਨਾਰ ਨਹੀਂ ਲਾਉਂਦੇ ਸਹੀ ਤਰੀਕੇ ਨਾਲ ਉਹਨਾਂ ਨੂੰ ਜਾਗਰੂਕ ਨਹੀਂ ਕਰਦੇ ਉਹਨਾਂ ਨੂੰ ਉਸ ਕਿਸਮ ਦੀ ਸਟੱਡੀ ਨਹੀਂ ਦਿੰਦੇ ਔਰ ਇਕੱਲੀਆਂ ਕਿਤਾਬੀ ਗਿਆਨ ਤੱਕ ਨਾਲ ਜੀ ਉਹਨਾਂ ਤੋਂ ਪ੍ਰੈਕਟੀਕਲ ਨਹੀਂ ਕਰਾਉਂਦੇ ਹੁਣ ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਹਟਿਆ ਭੈਣ ਜੀ ਨੇ ਗੱਲ ਕੀਤੀ ਕਿ ਬੱਚੇ ਕਿਸਾਨਾਂ ਨੂੰ ਦੇਖਦੇ ਆ ਬੱਚਿਆਂ ਦਾ ਇੰਟਰਸਟ ਤਾਂ ਬਣ ਗਿਆ ਹੁਣ ਗਾਹਾਂ ਉਹਨੂੰ ਪ੍ਰੈਕਟੀਕਲ ਕਰਨ ਤੇ ਆ ਜੇ ਪ੍ਰੈਕਟੀਕਲ ਕਰਾਈ ਹੁਣ ਮੰਨ ਲਓ ਤੁਸੀਂ ਇੱਕ ਕਿਤਾਬ ਪੜ੍ਹ ਲਈ
भी ऐ करके पहला खेत दे विच कणक लाई जांदी आ फिर उहनूं वढ़िया जांदा फिर उहनूं चक्की राही पसाया जांदा ते फिर उहनूं उहदी आटा बना बना के ते रोटी बना के खाधी जांदी आ ਉਹ ਪਾਣਾ ਨਾ ਢਿੱਡਦਾ ਨਹੀਂ ਭਰਨਾ ਉਹ ਤਾਂ ਬਣਾਉਣੀ ਪੈਣੀ ਆ ਉਹਨੇ ਕਰਨਾ ਪੈਣਾ ਵੀ ਮਤਲਬ ਉਹ ਪ੍ਰੈਕਟੀਕਲੀ ਸਾਰਾ ਕੁਛ ਹੋਣਾ ਚਾਹੀਦਾ ਇਹ ਸਭ ਤੋਂ ਜ਼ਰੂਰੀ ਆ ਪ੍ਰੈਕਟੀਕਲੀ ਕਰਨਾ ਤੇ ਇਹ ਜੇ ਸਾਰਾ ਕੁਛ ਅਸੀਂ ਦਿਮਾਗੋਂ ਤਿਆਰ ਹੋ ਕੇ ਮਨੋਂ ਤਿਆਰ ਹੋ ਕੇ ਮਾਨਸਿਕ ਤੌਰ ਤੇ ਤਿਆਰ ਹੋਏ ਸਰਕਾਰਾਂ ਵੀ ਸਰਦ ਹੋਣ ਹਲ ਬਾਗ ਵੀ ਸਰਦ ਹੋਵੇ ਲੋਕ ਵੀ ਸੁਚੇਤ ਹੋਣ ਤੇ ਇਸ ਗੱਲ ਦਾ ਖਿਆਲ ਵੀ ਹੋਵੇ ਕਿ ਸਾਰੇ ਖੁਸ਼ਹਾਲ ਰਹਿਣ ਕਿਸੇ ਨੂੰ ਕਿਸੇ ਗੱਲ ਦੀ ਪ੍ਰੋਬਲਮ ਨਾ ਹੋਵੇ ਤਾਂ ਹੀ ਇਹ ਸਾਰੀਆਂ ਚੀਜ਼ਾਂ ਦਾ ਹੱਲ ਹੋ ਸਕੇ ਜੀ ਤੇ ਫਿਰ ਹੀ ਇਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਵੀ ਉਹ ਉਸ ਗੱਲ ਨੂੰ ਨੇਪਰੇ ਚਾੜ ਸਕਦੇ ਆ ਨਹੀਂ ਤਾਂ ਫਿਰ ਇਕੱਲਾ ਗੱਲਾਂ ਬਾਤਾਂ ਦਾ ਮਜਮੂਨ ਆ ਜੀ ਇਹ ਜਿਹੜੀ ਪਿੰਡਾਂ ਤੌਰ 'ਤੇ ਤੁਹਾਡੇ ਕੋਈ ਉਹ ਜਿਹੜੇ ਪਿੰਡ ਲੈਵਲ 'ਤੇ ਤੁਸੀਂ ਗਾਂ ਜਾਂ ਡਿਸਟ੍ਰਿਕਟ ਲੈਵਲ 'ਤੇ ਕੋਈ ਇਹੋ ਜਿਹੇ ਤੁਹਾਡੇ ਉੱਥੇ ਯੂਨੀਵਰਸਿਟੀ ਦੇ ਨਾਲ ਲਿੰਕ ਜਿਹੜੇ ਆਫਿਸ ਖੋਲ੍ਹੇ ਹੁੰਦੇ ਆ ਜਾਂ ਜਿੱਥੇ ਕਿ ਆਮ ਲੋਕ ਆ ਕਈ ਵਾਰ ਯੂਨੀਵਰਸਿਟੀ ਨਹੀਂ ਪਹੁੰਚ ਸਕਦੇ ਅਤੇ ਕਿ ਉੱਥੋਂ ਕੋਈ ਜਾਣਕਾਰੀ ਲੈ ਸਕਣ ਹਾਂਜੀ ਹਾਂਜੀ ਸਾਡੇ ਹਰ ਸਟੇਸ਼ਨ 'ਤੇ ਪੰਜਾਬ ਦੇ ਹਰ ਜ਼ਿਲ੍ਹੇ 'ਚ ਸਾਡੇ ਆਪਣੇ ਸਟੇਸ਼ਨ ਨੇ ਔਰ ਉੱਥੇ ਸਾਡੇ ਸਾਇੰਟਿਸਟ ਨੇ ਰਿਸਰਚ ਹੁੰਦੀ ਹੈ ਫਾਰਮ ਹੈ ਜਿੱਦਾਂ ਲੁਧਿਆਣੇ ਦੇ ਨੇੜੇ ਸਮਰਾਲਾ ਹੈ ਲੱਡੋਵਾਲਾ ਹੈ ਇਸ ਤਰ੍ਹਾਂ ਸਾਰੇ ਹਰ ਇੱਕ ਮਤਲਬ ਪਿੰਡਾਂ ਦੇ ਬਾਹਰ ਪਹਿਲੇ ਸਾਡੇ ਹਰ ਹਰ ਹੀ ਜਿਹੜਾ ਜ਼ੋਨ ਹੈ ਉਹ ਸਾਡੇ ਇੱਕ ਸਟੇਸ਼ਨ ਹੈ ਉਹਦੀ ਡਿਟੇਲ ਨੈਟ ਤੇ ਉਪਲਬਧ ਹੈ ਟੈਸਟ ਹੁੰਦੇ ਹਾਂਜੀ ਡਿਪਾਰਟਮੈਂਟ ਹੈ ਸਾਡੇ ਕੋਲ ਉਹ ਪਾਣੀ ਦੀ ਮਿੱਟੀ ਟੈਸਟ ਕਰਦੇ ਨੇ ਉਹ ਆਉਂਦੇ ਨੇ ਕਿਸਾਨ ਸਾਡੇ ਕੋਲ ਅਸੀਂ ਥੋੜੀ ਜਿਹੀ ਫੀਸ ਲੈ ਕੇ ਉਹ ਟੈਸਟ ਕਰਕੇ ਦਿੰਦੇ ਹਾਂ ਉਹਨਾਂ ਨੂੰ ਕੋਈ ਵੀ ਪਾਣੀ ਦਾ ਜਿਹੜੇ ਪੀਣ ਵਾਲਾ ਪਾਣੀ ਉਹ ਵੀ ਟੈਸਟ ਹੁੰਦਾ ਉੱਥੇ ਹੋਰ ਵੀ ਕਈ ਚੀਜ਼ਾਂ ਜਿਹੜੀ ਚੀਜ਼ਾਂ ਜਿਹੜੀ ਵੀ ਟੈਸਟ ਕਰਾ ਸਕਦੇ ਹੋ ਫੈਸਿਲਿਟੀਜ਼ ਹੈ ਕਾਫੀ ਉੱਥੇ ਬਹੁਤ ਵਧੀਆ ਗੱਲ ਆ ਕਈ ਵਾਰ ਇਹ ਚੀਜ਼ਾਂ ਦੀ ਨਾ ਜਾਣਕਾਰੀ ਨਹੀਂ ਹੁੰਦੀ ਆਮ ਜਿਹੜੀ ਪਬਲਿਕ ਤੱਕ ਇਹ ਜਾਣਕਾਰੀ ਪਹੁੰਚਦੀ ਨਹੀਂ ਗੀ ਅਤੇ ਵਾਕਈ ਜਿੱਦਾਂ ਸ਼ਰਮਾ ਜੀ ਨੇ ਵੀ ਕਿਹਾ ਕਿ ਵਾਕਈ ਜਿਹੜੇ ਹੁਣ ਅਸੀਂ ਪਾਣੀ ਦੇਖਦੇ ਹਾਂ ਕਿ ਬਿਮਾਰੀਆਂ ਜਿਹੜੀਆਂ ਵੱਧਦੀਆਂ ਦਿਨੋਂ ਦਿਨ ਜੇ ਟੈਸਟ ਹੋ ਕੇ ਉਹਦੇ ਨਾਲ ਇਹ ਚੀਜ਼ਾਂ ਜਿਹੜੀਆਂ ਬਦਲੀਆਂ ਜਾ ਸਕਦੀਆਂ ਅਤੇ ਹੋਰ ਜਿਹੜੇ ਆਪਣੇ ਕਿਸਾਨ ਉੱਥੇ ਜਾਂ ਹੁਣ ਤੁਸੀਂ ਇੱਧਰ ਆਏ ਹੋ ਅਤੇ ਇੱਥੋਂ ਦਾ ਜਿਹੜਾ ਯੂਥ ਦੇਖਿਆ ਗੱਲਾਂ ਬਾਤਾਂ ਕੀਤੀਆਂ ਹੋਣੀਆਂ ਇੱਥੇ ਪਰਿਵਾਰਾਂ ਨਾਲ ਵੀ ਅਤੇ ਇਹਦੇ 'ਚ ਕੁਛ ਜਿਹੜਾ ਬੱਚਿਆਂ ਲਈ ਜਿਹੜਾ ਯੂਥ ਹੁਣ ਅਸੀਂ ਦੇਖਦੇ ਹਾਂ ਇੱਥੇ ਡਿਪਰੈਸ਼ਨ 'ਚ ਬਹੁਤ ਜਾਂਦਾ ਹੈ ਨਾ ਇਹ ਕੀ ਲੱਗਦਾ ਤੁਹਾਨੂੰ ਕਿ ਇਹ ਚੀਜ਼ ਦਾ ਗੈਪ ਕਿੱਥੇ ਰਹਿ ਜਾਂਦਾ ਜਾਂ ਕਿਵੇਂ ਅਸੀਂ ਇੱਕ ਦੂਜੇ ਨਾਲ ਜਿਹੜੀ ਨੇੜਤਾ ਵਧਾ ਸਕਦੇ ਹਾਂ ਕਿਵੇਂ ਇੱਕ ਦੂਜੇ ਨਾਲ ਜਿਹੜਾ ਪਿਆਰ ਅਤੇ ਆਮ ਜਿਹੜੀ ਗੱਲਬਾਤ ਆ ਕਈ ਵਾਰ ਅਸੀਂ ਸ਼ੇਅਰ ਨਹੀਂ ਕਰਦੇ ਅਤੇ ਜਿਹਦੇ ਨਤੀਜੇ ਬਾਅਦ 'ਚ ਜਿਹੜੇ ਇੱਦਾਂ ਦੇ ਹੁੰਦੇ ਆ ਇਹਦੇ 'ਚ ਮੈਂ ਇੱਕ ਗੱਲ ਕਹੂੰਗੀ ਮੈਂ ਮਨ 'ਚ ਸੋਚੇ ਹੋਇਆ ਜੀ ਕਿ ਮੈਂ ਮੇਰੀ ਅਗਲੇ ਸਾਲ ਰਿਟਾਇਰ ਹੋਣਾ ਮੈਂ ਸੋਚਿਆ ਹੋਇਆ ਕਿ ਮੈਂ ਮਤਲਬ ਮਨੁੱਖਤਾ ਲਈ ਜ਼ਰੂਰ ਇਹ ਕਰੂੰਗੀ ਜਿਹੜਾ ਗੈਪ ਆ ਰਿਹਾ ਕਮਿਊਨੀਕੇਸ਼ਨ ਗੈਪ ਉੱਥੇ ਦੇ ਪੇਰੈਂਟਸ ਨੂੰ ਪਤਾ ਨਹੀਂ ਜਦੋਂ ਬੱਚੇ ਭੇਜਦੇ ਆ ਉਹ ਇੰਨਾ ਕੁਛ ਉਹਨਾਂ ਨੂੰ ਕਹਿੰਦੇ ਨੇ ਨਾ ਮੇਰਾ ਆਪਣੇ ਕਿਸੇ ਰਿਸ਼ਤੇਦਾਰ ਨਾਲ ਵੀ ਮੈਨੂੰ ਸਾਹਬ ਦੇ ਸੀ ਤੂੰ ਉੱਥੇ ਇਸ ਤਰ੍ਹਾਂ ਕਰਨਾ ਇੱਥੇ ਆ ਕੇ ਤੇ ਬੱਚੇ ਨੂੰ ਤੁਹਾਨੂੰ ਪਤਾ ਤੁਸੀਂ ਤਾਂ ਉੱਥੇ ਬੈਠੇ ਹੋ ਇੱਥੇ ਤਾਂ ਦੇਸ਼ ਹੀ ਵੱਖਰਾ ਸਭਿਅਤਾ ਵੱਖਰੀ ਪੈਸੇ ਕਮਾਉਣ ਦਾ ਤਰੀਕਾ ਖਰਚਣ ਦਾ ਤਰੀਕਾ ਵਰਤਣ ਦਾ ਲੰਘਣ ਦਾ ਤਰੀਕਾ ਵੱਖਰਾ ਉੱਥੇ ਬੈਠੇ ਅਸੀਂ ਕਿਵੇਂ ਕਮਾਂਡ ਕਰ ਸਕਦੇ ਬੱਚਿਆਂ ਨੂੰ ਜਦੋਂ ਬੱਚਿਆਂ ਨੂੰ ਦੋ ਪਾਸੇ ਵਾਲੀਆਂ ਗੱਲਾਂ ਹੋ ਜਾਂਦੀਆਂ ਉਹਨੂੰ ਲੱਗਦਾ ਮੈਂ ਆਪਣੇ ਮਾਂ ਬਾਪ ਨਾਲ ਧੋਖਾ ਨਾ ਕਰ ਲਾਂਗੇ ਇੱਕ ਗੱਲ ਦੂਜੀ ਗੱਲ ਉਹ ਜੇ ਤਾਂ ਅਸੀਂ ਬੱਚੇ ਨੂੰ ਖੁੱਲੇ ਛੱਡ ਦਈਏ ਵੀ ਭਾਈ ਉਹ ਦੇਸ਼ ਹੈ ਜਿਹੜਾ ਉੱਥੇ ਤੁਸੀਂ ਦੇਖਣਾ ਤੇ ਤੁਸੀਂ ਕਿਵੇਂ ਕਰਨਾ ਜਿਵੇਂ ਕਿਸੇ ਬੰਦੇ ਨੂੰ ਆਪਾਂ ਪਾਣੀ ਸੁੱਟ ਦਈਏ ਤੇ ਫਿਰ ਕਹੀਏ ਹੁਣ ਤੂੰ ਹੱਥ ਨਾ ਹਿਲਾ ਤੂੰ ਪੈਰ ਨਾ ਹਿਲਾ ਏਦਾਂ ਨਹੀਂ ਹੋ ਸਕਦਾ ਜੇ ਪਾਣੀ ਸੁੱਟਿਆ ਬੰਦਾ ਉਹਨੂੰ ਪਤਾ ਮੈਂ ਕਿਵੇਂ ਬਚਣਾ ਤਾਂ ਬਚ ਜਾਓ ਜੇ ਪਿੱਛੇ ਅਸੀਂ ਕਮਾਂਡ ਰੱਖਾਂਗੇ ਬੱਚਾ ਤਾਂ ਕਨਫਿਊਜ਼ ਹੋ ਜਾਏਗਾ ਨਾ ਕਿ ਮੈਂ ਆਪਣੇ ਪੇਰੈਂਟਸ ਨਾਲ ਸ਼ਾਇਦ ਧੋਖਾ ਕਰ ਰਿਹਾ ਜਾਂ ਮੈਂ ਛੁਪਾ ਰਿਹਾ ਜਾਂ ਕਿ ਕੋਈ ਬੰਦਾ ਦੱਸ ਨਾ ਦੇ ਮੇਰੇ ਪੇਰੈਂਟਸ ਨੂੰ ਕਿ ਮੈਂ ਇਹ ਕਰ ਰਿਹਾ ਜਾਂ ਮੈਂ ਐਸਾ ਕੋਈ ਕੰਮ ਕਰ ਰਿਹਾ ਮੈਂ ਜ਼ਰੂਰ ਇੱਦਾਂ ਚਾਹੂੰਗੀ ਕਿ ਮੈਂ ਆਫਟਰ ਰਿਟਾਇਰਮੈਂਟ ਇੱਥੇ ਜਦੋਂ ਆਵਾਂ ਆਪਣੇ ਬੱਚਿਆਂ ਕੋਲ ਇੱਕ ਸੈਮੀਨਾਰ ਜਾਂ ਸੈਸ਼ਨ ਰੱਖਾਂ ਇੱਦਾਂ ਦੇ ਬੱਚਿਆਂ ਦਾ ਮੈਂ ਦੇਣਾ ਚਾਹੂੰਗੀ ਜ਼ਰੂਰ ਵੀ ਕਿ ਕੌਂਸਲਿੰਗ ਜਿਹਨੂੰ ਕਿੱਦਾਂ ਕੌਂਸਲਿੰਗ ਜੇ ਤੁਸੀਂ ਇੱਥੇ ਆਉਣਾ ਤੇ ਇੱਥੇ ਇਹ ਇਹ ਵਾਲਾ ਗੈਪ ਕਮਿਊਨੀਕੇਸ਼ਨ ਗੈਪ ਜਿਹੜਾ ਤੁਹਾਡੇ ਉਸ ਕੰਟਰੀ ਦੇ ਪੇਰੈਂਟਸ ਆ ਇੱਥੇ ਦੇ ਨਾਲ ਉਹਦੇ ਵਿੱਚ ਗੈਪ ਲਈ ਭਰਨ ਲਈ ਇੱਥੇ ਇੱਕ ਬੰਦਾ ਜ਼ਰੂਰ ਚਾਹੀਦਾ ਬੱਚਿਆਂ ਨੂੰ ਦੱਸਣ ਵਾਸਤੇ ਉਹਨਾਂ ਦੀ ਲੈਂਗੁਏਜ ਵਿੱਚ ਦੱਸੇ ਉਹਨਾਂ ਦੇ ਰਹਿਣ ਸਹਿਣ ਵਾਂਗੂ ਰਿਹਾ ਹੋਵੇ ਬੰਦਾ ਤੇ ਉਹਨਾਂ ਨੂੰ ਦੱਸੇ ਇਹ ਚੀਜ਼ਾਂ ਦਾ ਬੇਟੇ ਤੁਸੀਂ ਇਹਨਾਂ ਚੀਜ਼ਾਂ ਨੂੰ ਕਿਵੇਂ ਇਹਨਾਂ ਚੀਜ਼ਾਂ ਤੋਂ ਬਾਹਰ ਨਿਕਲ ਸਕਦੇ ਹੋ ਵੀ ਸੁਸਾਈਡ ਵਾਲੇ ਪਾਸੇ ਮਤ ਜਾਓ ਸੁਸਾਈਡ ਹੋਣਾ ਕਰਨ ਮਰਨਾ ਮਰਨਾ ਕੋਈ ਹਰ ਚੀਜ਼ ਦਾ ਹੱਲ ਥੋੜ੍ਹੀ ਹੈ ਵੀ ਤੁਸੀਂ ਇਹ ਨਾ ਬੱਚਿਆਂ ਨੂੰ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ ਇੱਕ ਮਰਨਾ ਫੈਸ਼ਨ ਹੋ ਚੁੱਕਾ ਕਿੰਨੀਆਂ ਗੇਮਸ ਨੇ ਪਬਜੀ ਔਰ ਕਈ ਮੈਂ ਪਿੱਛੇ ਜਿਹਾ ਨਿਊਜ਼ ਸੁਣਿਆ ਤਿੰਨ ਲੜਕੀਆਂ ਨੇ ਜਵਾਨ ਲੜਕੀਆਂ ਨੇ ਇੰਡੀਆ 'ਚ 10th ਦੀਆਂ ਲੜਕੀਆਂ ਨੇ ਸੁਸਾਈਡ ਕਰ ਲਈ ਬੜੇ ਹੱਸਦੇ ਹੱਸਦੇ ਸਲਫਾਜ਼ ਦੀਆਂ ਗੋਲੀਆਂ ਕਰ ਰਹੀਆਂ ਮਜ਼ਾਕ ਕਰ ਰਹੀਆਂ ਹੱਸ ਰਹੀਆਂ ਨੇ ਪਹਿਲੇ ਵੀਡੀਓ ਬਣਾ ਰਹੀਆਂ ਉਹ 'ਚ ਪਾ ਰਹੀਆਂ ਤੇ ਬਾਅਦ 'ਚ ਮਰ ਗਈਆਂ ਦੱਸੋ ਇਹ ਮਜ਼ਾਕ ਹੈ ਕੌਣ ਦੱਸਿਆ ਇਹਨਾਂ ਨੂੰ ਬੱਚਿਆਂ ਨੂੰ ਹੈਲਦੀ ਇੱਕ ਕੌਂਸਲਿੰਗ ਜ਼ਰੂਰੀ ਹੈ ਅਗਰ ਉਹ ਪੇਰੈਂਟਸ ਨੂੰ ਨਹੀਂ ਮੰਨਦੇ ਤਾਂ ਕੋਈ ਐਸਾ ਕੌਂਸਲਰ ਜ਼ਰੂਰੀ ਹੈ ਜਿਹੜਾ ਉਹਨਾਂ ਦੇ ਲੈਵਲ ਤੇ ਆ ਕੇ ਉਹਨਾਂ ਦੇ ਦਿਮਾਗ ਨੂੰ ਪੜ੍ਹ ਕੇ ਉਹਨਾਂ ਦੇ ਲੈਵਲ ਤੇ ਆ ਕੇ ਉਹਦੀ ਕੌਂਸਲਿੰਗ ਕਰੇ
ਇਹ ਸਭ ਤੋਂ ਜ਼ਿਆਦਾ ਮੇਨ ਜ਼ਰੂਰੀ ਹੈ। ਅਗਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਸਭ ਚਲੋ ਜਿੱਥੇ ਮਰਜ਼ੀ ਆਉਣਾ, ਹਰ ਇੱਕ ਬੱਚੇ ਦਾ ਮਨ ਕਰਦਾ ਜਦੋਂ ਕੋਈ ਬੱਚਾ ਜਾਂਦਾ ਹੈ, ਜਾਂਦੇ ਫੋਟੋ ਪਾਉਂਦਾ ਹੈ, ਦੂਜਾ ਬੱਚਾ ਉੱਥੇ ਬੈਠਾ ਹੁੰਦੀ ਹੈ, ਬੈਠਾ ਹੀ ਉਹ ਲੱਗਦਾ ਮੈਂ ਚਲੀ ਜਾਣਾ, ਹੁਣ ਤਾਂ ਮੈਂ ਬਾਹਰ ਹੀ ਜਾਣਾ, ਹੋਰ ਕੁਛ ਨਹੀਂ ਕਰਨਾ। ਤੇ ਉਹ ਜਦੋਂ ਉੱਥੇ ਆ ਕੇ ਇੱਥੇ ਦੀ ਸੱਚਾਈ ਨੂੰ ਵਾਕਫ ਹੁੰਦਾ ਜਾਂ ਕਈ ਚੀਜ਼ਾਂ ਉਹ ਨਹੀਂ ਕੋਪ ਅਪ ਕਰ ਪਾਉਂਦਾ, ਤੇ ਉਹਦੇ ਲਈ ਇੱਕ ਐਸਾ ਇਹਨੂੰ ਪਲੇਟਫਾਰਮ ਉਹ ਪਤਾ ਹੋਣਾ ਚਾਹੀਦਾ, ਐਸਾ ਕੋਈ ਟੋਲ ਫ੍ਰੀ ਨੰਬਰ ਹੋਵੇ, ਬੱਚੇ ਨੂੰ ਇੱਥੇ ਇੱਥੇ ਸਟੈਪ ਅਪ ਕਰਦੇ ਹੀ ਪਤਾ ਲੱਗ ਜਾਏ ਵੀ ਜੇ ਮੈਂ ਨਹੀਂ ਕੁਛ ਕਰ ਪਾਉਂਦਾ ਮੈਂ ਇਹਦੇ ਕੋਲ ਜਾਣਾ। ਐਸਾ ਕੋਈ ਦਾ ਜਿਹਨੂੰ ਕਹੀ ਦਾ ਇੱਕ ਉਹਦਾ ਗਾਈਡ ਲਾ ਲਓ, ਉਹਨੂੰ ਮਦਰ ਗਾਈਡ ਦੀ ਤਰ੍ਹਾਂ ਲਾ ਲਓ, ਉਹਨੂੰ ਪਰਮਾਤਮਾ ਲਾ ਲਓ, ਕੁਛ ਐਸਾ ਉਹਦਾ ਕੋਈ ਗੋਡ ਫਾਦਰ ਮਦਰ ਕੁਛ ਐਸਾ ਹੋਵੇ ਜਿਹੜਾ ਉਹਨੂੰ ਐਸ ਇੱਕ ਵਾਰੀ ਨੇਰੇ ਚੋਂ ਕੱਢ ਲਵੇ, ਮੁੜ ਕੇ ਤਾਂ ਚੱਲ ਹੀ ਪਏਗਾ ਵੀ ਜਿਹੜਾ ਸੁਸਾਈਡ ਤੱਕ ਜਾਂਦਾ। ਮੇਰੇ ਮੈਂ ਇੱਥੇ ਆ ਕੇ ਮੈਂ ਪਹਿਲੇ ਵੀ ਪਿਛਲੇ ਸਾਲ ਜੋ ਮੈਂ ਪਹਿਲੇ ਵੀ ਸੋਚਿਆ ਸੀ ਕਿ ਇਹ ਚੀਜ਼ਾਂ ਇਹ ਜ਼ਰੂਰ ਹੋਣਾ ਚਾਹੀਦਾ, ਮੈਂ ਇਹਦੇ 'ਤੇ ਜ਼ਰੂਰ ਕਰਨਾ ਚਾਹੂੰਗੀ, ਇਹਦੇ 'ਤੇ ਕੰਮ ਤੁਹਾਡੇ ਥਰੂ ਮੈਂ ਦੱਸਣਾ ਵੀ ਚਾਹੂੰਗੀ ਕਿ ਮੈਂ ਇੱਕ ਥੋੜ੍ਹਾ ਮੇਰਾ ਵਿਸ਼ਾ ਵੀ ਰਿਹਾ ਹੈ, ਥੋੜ੍ਹਾ ਵੇਦ ਵਾਲੇ ਪਾਸੇ ਮੈਂ ਕਾਫੀ ਸਟੱਡੀ ਕੀਤੀ ਹੈ, ਉਪਨਿਸ਼ਦ ਔਰ ਵੇਦ ਔਰ ਥੋੜ੍ਹਾ ਮੈਡੀਟੇਸ਼ਨ ਵਾਲੀ ਸਾਈਡ ਵੀ, ਤਾਂ ਮੈਂ ਮਤਲਬ ਸਾਈਕੋਲੋਜੀ ਵਾਲੇ ਵੀ ਕਾਫੀ ਬੁੱਕਸ ਪੜ੍ਹੀ, ਮੈਂ ਉੱਥੇ ਮੈਂ ਸਮਝਿਆ ਇਸ ਚੀਜ਼ ਨੂੰ ਵੀ ਇਨਸਾਨੀ ਮਨ ਹੀ ਹੈ ਜਿਹੜਾ ਕਮਜ਼ੋਰ ਹੋ ਜਾਂਦਾ, ਜਿਵੇਂ ਆਪਾਂ ਕਹਿੰਦੇ ਹਾਂ ਮਨ ਜੀਤੇ ਜਗ ਜੀਤ, ਇਨਸਾਨੀ ਮਨ ਹੀ ਹੈ ਜਿਹੜਾ ਬੱਚਿਆਂ ਦਾ ਕਮਜ਼ੋਰ ਹੋ ਜਾਂਦਾ, ਤੇ ਉਸ ਟਾਈਮ ਉਹਨੂੰ ਕੋਈ ਬਾਹਰ ਫੜਨ ਵਾਲਾ ਹੋਵੇ ਕੱਢ ਲਵੇ, ਫਿਰ ਤਾਂ ਉਹਨੇ ਦਰਿਆ ਪਾਰ ਕਰ ਹੀ ਲੈਣਾ। ਉਹ ਜਿਹੜਾ ਇੱਕ ਮੌਕਾ ਹੈ ਉਹਦਾ ਮਨ ਹੀ ਹੈ ਜਿਹੜਾ ਉਹਨੂੰ ਸਟਰੋਂਗ ਕਰੇਗਾ, ਉਸ ਉਹ ਮਨ ਜਦੋਂ ਦਾ ਕਮਜ਼ੋਰ ਹੋ ਜਾਵੇ ਤਾਂ ਉਹ ਐਸੇ ਬੰਦੇ ਦੀ ਬਾਹ ਫੜੇ ਕਿ ਇਹਨੂੰ ਵੀ ਇਹਨੂੰ ਕੱਢ ਲਵੇ ਮੇਰੇ ਚੋਂ। ਐਸਾ ਕੋਈ ਐਸੀ ਕੋਈ ਤੁਸੀਂ ਇੱਥੇ ਪਲੇਟਫਾਰਮ ਬਣਾਓ, ਉਹਦੇ 'ਚ ਮੈਂ ਆਪਣੀਆਂ ਫ੍ਰੀ ਸੇਵਾਵਾਂ ਦੇਣਾ ਚਾਹੂੰਗੀ ਰਿਟਾਇਰਮੈਂਟ ਤੋਂ ਬਾਅਦ। ਬਹੁਤ ਵਧੀਆ ਗੱਲ ਹੈ ਜੀ, ਤੁਸੀਂ ਇਹ ਮੇਰੇ ਮਨ ਦੇ ਵਿੱਚ ਵੀ ਆਲਵੇਜ਼ ਹੀ ਰਹਿੰਦਾ ਕਿ ਸਾਡੇ ਚਲੋ ਇੱਥੇ ਅਸੀਂ ਕਹਿ ਲਈਏ ਕਿ ਕੈਨੇਡਾ ਗਵਰਨਮੈਂਟ ਵੱਲੋਂ ਜਿਹੜੇ ਸਰਵਿਸ ਸੈਂਟਰ ਹੈਗੇ ਆ ਜਿੱਥੇ ਤੁਸੀਂ ਕਿਸੇ ਕਿਸਮ ਦੀ ਤੁਹਾਨੂੰ ਕੋਈ ਹੈਲਪ ਚਾਹੀਦੀ ਆ ਜਾਂ ਤੁਹਾਨੂੰ ਕਿਸੇ ਚੀਜ਼ ਦੀ ਨੌਲੇਜ ਨਹੀਂ ਗੀ, ਤੁਸੀਂ ਉੱਥੇ ਜਾ ਸਕਦੇ ਹੋ, ਉੱਥੋਂ ਤੁਸੀਂ ਹੈਲਪ ਲੈ ਸਕਦੇ ਹੋ। ਈਵਨ ਤੁਹਾਨੂੰ ਐਜੂਕੇਸ਼ਨ ਦੀ ਵੀ ਪ੍ਰੋਬਲਮ ਆ ਤਾਂ ਇੱਥੇ ਫ੍ਰੀ ਦੇ ਵਿੱਚ ਤੁਹਾਡੀਆਂ ਕਲਾਸਿਸ ਲੱਗਦੀਆਂ, ਤੁਹਾਨੂੰ ਐਜੂਕੇਟ ਕੀਤਾ ਜਾਂਦਾ ਇੱਥੋਂ ਦੇ ਰਹਿਣ ਸਹਿਣ ਬਾਰੇ, ਇੱਥੇ ਕਿਵੇਂ ਤੁਸੀਂ ਗਰੋ ਹੋ ਸਕਦੇ ਆ, ਹਰ ਚੀਜ਼ ਉਹ ਕੀਤੀ ਜਾ ਸਕਦੀ ਆ। ਪਰ ਕਿਤੇ ਨਾ ਕਿਤੇ ਜਿਹੜਾ ਕਹਿ ਲਈਏ ਕਿ ਸਾਡੀ ਕਮਿਊਨਿਟੀ ਵੱਲੋਂ ਕੋਈ ਇਹੋ ਜਿਹਾ, ਅਸੀਂ ਬਥੇਰੇ ਇੱਥੇ ਗੁਰਦੁਆਰਾ ਸਾਹਿਬ ਵੀ ਬਥੇਰੇ ਹੈਗੇ ਆ, ਉੱਦਾਂ ਵੀ ਕਲੱਬਾਂ ਬਣੀਆਂ ਹੋਈਆਂ, ਅਤੇ ਪਰ ਮੈਂ ਆਪ ਖੁਦ ਵੀ ਕਿਤੇ ਨਾ ਕਿਤੇ ਕਈ ਵਾਰ ਮਹਿਸੂਸ ਕਰਦਾ ਹੁੰਦਾ ਕਿ ਸਾਡੇ ਕੋਲ ਇਹੋ ਜਿਹਾ ਅਸੀਂ ਕੋਈ ਪਲੇਟਫਾਰਮ ਬਣਾ ਹੀ ਨਹੀਂ ਸਕੇ ਜਿੱਥੇ ਕਿ ਇੱਕ ਨੰਬਰ ਹੋਵੇ, ਜਿੱਥੇ ਕਿ ਕਿਸੇ ਨੂੰ ਹੁਣ ਸਟ੍ਰੈਸ ਆ, ਕਿਸੇ ਕੋਈ ਡਿਪਰੈਸ਼ਨ 'ਚ ਗਿਆ ਹੋਇਆ, ਠੀਕ ਆ, ਅਤੇ ਉਹਨੂੰ ਲੱਗੇ ਯਾਰ ਮੈਂ ਇੱਥੇ ਕਾਲ ਕਰ ਲਾਂ, ਅਤੇ ਐਟਲੀਸਟ ਕਰਕੇ ਮੈਂ ਆਪਣੀ ਲੈਂਗੁਏਜ ਦੇ ਵਿੱਚ ਇੱਕ ਆਪਣੀਆਂ ਫੀਲਿੰਗ ਆ ਜਿਹੜੀਆਂ ਜਿਹੜੀਆਂ ਉਹਨੂੰ ਵੇਵਜ਼ ਆ ਰਹੀਆਂ ਤੇ ਉਹਨਾਂ ਨੂੰ ਚੇਂਜ ਕਰ ਸਕਦੇ ਜੀ। ਡਾਕਟਰ ਸਾਹਿਬ ਤੁਸੀਂ ਵੀ ਇਹਦੇ ਵਿੱਚ ਤੁਹਾਡਾ ਚੰਗਾ ਤਜਰਬਾ ਰਿਹਾ, ਤੁਸੀਂ ਕੀ ਐਡ ਅਪ ਕਰਨਾ ਚਾਹੋਗੇ ਸਾਰੀ ਗੱਲਬਾਤ? ਵੈਸੇ ਬਹੁਤ ਵਧੀਆ ਵਿਸਥਾਰ ਨਾਲ ਜਿਹੜਾ ਭੈਣ ਜੀ ਉਹਨਾਂ ਨੇ ਦੱਸੀ ਹੈ, ਅਤੇ ਵਾਕਿਆ ਹੀ ਸਾਨੂੰ ਜਿਹੜੀ ਇਸ ਚੀਜ਼ ਦੇ ਵਿੱਚ ਐਜੂਕੇਸ਼ਨ ਦੇਣ ਦੀ ਜ਼ਰੂਰਤ ਆ, ਇੱਕ ਜਿਹੜੀ ਅਵੇਅਰਨੈਸ ਲਿਆਉਣ ਦੀ ਲੋੜ ਆ, ਇਹੋ ਜਿਹੜੇ ਹਾਦਸੇ ਹੁੰਦੇ ਆ ਤਾਂ ਉਹਨਾਂ 'ਚੋਂ ਆਪਾਂ ਨਿਕਲ ਸਕੀਏ। ਦੇਖੋ ਡਾਕਟਰ ਸਾਹਿਬ, ਮੈਂ ਇੱਕ ਗੱਲ ਆਪਾਂ ਪਹਿਲਾਂ ਕੀਤੀ ਹੈ ਕਿ ਪਲੱਸ ਟੂ ਕਰਨ ਤੋਂ ਬਾਅਦ ਬੱਚੇ ਆਈਲੈਟਸ ਕਰਕੇ ਇੱਥੇ ਆ ਜਾਂਦੇ ਜੀ, ਹਲੇ ਉਹ ਸੰਭਲੇ ਨਹੀਂ ਹੁੰਦੇ ਜੀ, ਉਸ ਤੋਂ ਬਾਅਦ ਉਹਨਾਂ ਨੂੰ ਸੰਘਰਸ਼ ਇੱਕਦਮ ਕਰਨਾ ਪਏ। ਬਿਲਕੁਲ, ਜਿਵੇਂ ਇੱਕਦਮ ਕੀ ਆ, ਆਪਣਾ ਕੰਮ ਵੀ ਕਰਨਾ, ਉਹਨਾਂ ਨੇ ਸਟੱਡੀ ਵੀ ਕਰਨੀ ਆ, ਉਹਨਾਂ ਨੇ ਉਹਨਾਂ ਟਾਈਮ ਉਹਦਾ ਸੌਣਾ ਵੀ ਆ, ਹੁਣ ਜਦੋਂ ਇੱਕਦਮ ਬੋਝ ਪੈ ਜਾਂਦਾ ਤਾਂ ਉਹ ਕਈ ਬੱਚੇ ਤਾਂ ਚਲੋ ਜਿਵੇਂ ਇਕੱਠੇ ਰਹਿਣ ਲੱਗ ਗਏ, ਇੱਕ ਦੂਜੇ ਦੀ ਵਧੀਆ ਪੋਜੀਟਿਵ ਬੰਦੇ ਦੀ ਸੋਸਾਇਟੀ ਮਿਲ ਗਈ, ਚੰਗੇ ਥੋਟਸ ਵਾਲੇ ਜਿਵੇਂ ਸਾਡੇ ਮਨ 'ਚ ਆ ਗਏ, ਹੈ ਨਾ, ਵਿਚਾਰ ਆ ਗਏ, ਤਾਂ ਕੋਈ ਪ੍ਰੋਬਲਮ ਨਹੀਂ ਆਉਂਦੀ। ਕਈ ਵਾਰੀ ਕਈ ਬੱਚੇ ਨਿਰਾਸ਼ਾਵਾਦੀ ਹੋ ਜਾਂਦੇ ਕਿਉਂਕਿ ਸੰਭਲੇ ਨਹੀਂ ਹੁੰਦੇ, ਜਦੋਂ ਉਹ ਜੇ ਤਾਂ ਜਿਵੇਂ ਅਸੀਂ ਕਹਿੰਦੇ ਹਾਂ, ਤੁਸੀਂ ਇੱਕ ਉਦਾਹਰਨ ਲਓ, ਜਦੋਂ ਕੋਈ ਬੰਦਾ ਬਿਮਾਰ ਹੁੰਦਾ ਹੈ, ਅਸੀਂ ਕਹਿੰਦੇ ਹਾਂ ਅਸੀਂ ਉਹਦਾ ਪਤਾ ਲਈਏ, ਉਹਦੇ ਨਾਲ ਚਾਰ ਗੱਲਾਂ ਬਾਤਾਂ ਕਰੇਗੀ, ਤੁਸੀਂ ਦੇਖੋ ਉਹਦੇ ਨਾਲ ਗੱਲਾਂ ਬਾਤਾਂ ਕਰਨ ਤੋਂ ਬੰਦਾ ਕਿਸੇ ਪੇਨ 'ਚ ਪਿਆ, ਆਪਣੇ ਨਾਲ ਉਹਦੇ ਨਾਲ ਗੱਲਾਂ ਬਾਤਾਂ ਕਰਦੇ ਆ, ਪਤਾ ਨਹੀਂ ਉਹ ਕਹਿੰਦੇ ਕੁਛ ਨਹੀਂ ਹੋਇਆ, ਆਪਾਂ ਚਾਰ ਹਾਸੇ ਦੀਆਂ ਗੱਲਾਂ ਕਰਦੇ ਹਾਂ, ਮੇਰਾ ਇੱਕ ਸਵਾਹ ਹੈ, ਮੈਂ ਤੁਹਾਨੂੰ ਆਪਦਾ ਤਜਰਬਾ ਦੱਸਦਾ, ਜੇ ਬੰਦਾ ਬਿਮਾਰ ਹੋਵੇ ਮੈਂ ਉਹਨੂੰ ਕਦੇ ਉਹਨੂੰ ਪੁੱਛਦਾ ਨਹੀਂ ਵੀ ਤੂੰ ਬਿਮਾਰ ਆ, ਮੈਂ ਉਹਦੇ ਨਾਲ ਹਾਸੇ ਖੇਡੇ ਦੀਆਂ ਗੱਲਾਂ ਕਰਕੇ ਤੇ ਬੰਦਾ ਚਿਹਰਾ ਬਦਲ ਜਾਂਦਾ, ਕਿਉਂਕਿ ਉਹਨੂੰ ਪੋਜੀਟਿਵ એનર્ਜੀ ਮਿਲ ਗਈ ਨਾ। ਇਹ ਨਹੀਂ ਜਦੋਂ ਕਿਸੇ ਦੇ ਘਰੇ ਡੈਥ ਹੁੰਦੀ ਆ ਅਸੀਂ ਉਹਦੇ 8-10 ਦਿਨ ਬੈਠਣ ਜਾਂਦੇ ਹਾਂ, ਕਾਹਦੇ ਵਾਸਤੇ ਬੈਠਣ ਜਾਂਦੇ ਹਾਂ, ਉਹਨੂੰ ਹੌਸਲਾ ਦੇਣ ਜਾਂਦੇ ਹਾਂ ਕਿ ਇਹਨੂੰ ਦੁੱਖ ਨਾ ਰਹੇ, ਤਕਲੀਫ ਨਾ ਰਹੇ, ਇਹ ਭੁੱਲ ਜਾਵੇ ਇਸ ਗੱਲ ਨੂੰ, ਇਹ ਫਿਰ ਉਹਨੇ ਦੀ ਜ਼ਿੰਦਗੀ ਜਿਉਣਾ ਸ਼ੁਰੂ ਕਰ ਦੇ। ਸੇਮ ਮੈਨੂੰ ਭੈਣ ਜੀਆਂ ਦੀ ਗੱਲ ਇੰਨੀ ਜਾਚ ਰਹੀ ਸੀ ਜਦੋਂ ਇਹ ਕਰ ਰਹੇ ਸੀ ਜੀ, ਕਿ ਜਦੋਂ ਬੰਦਾ ਇਸ ਸਮੱਸਿਆ ਦੇ ਵਿੱਚ ਆ, ਉਹ ਫੁੱਲ ਭਰ ਬੱਚਿਆ, ਹਲੇ ਉਹ ਜਿਵੇਂ ਕਹਿੰਦੇ ਉਹ ਫੁੱਲ ਹਲੇ ਖਿਲ ਰਿਹਾ, ਹਲੇ ਉਹਨੇ ਸੁਗੰਧੀ ਵੰਡਣੀ ਆ, ਸੁਗੰਧੀ ਦੇਣੀ ਆ, ਉਹਨੂੰ ਉਹ ਕਈ ਵਾਰੀ ਕੀ ਹੁੰਦਾ ਕਿ ਉੱਥੇ ਬੋਝ ਇੰਨਾ ਪੈ ਜਾਂਦਾ, ਉਹ ਖਿੜਨ ਤੋਂ ਪਹਿਲਾਂ ਹੀ ਮਰਝਾ ਜਾਂਦਾ। ਇਵੇਂ ਜਦੋਂ ਉਸ ਬੱਚਿਆਂ ਨੂੰ ਉਸ ਟਾਈਮ ਕੋਈ ਹੌਸਲਾ ਦੇਣ ਵਾਲਾ ਮਿਲ ਜੇ,
ਉਹਨੂੰ ਕੋਈ ਪੌੜੇ ਤੇ ਵਿਚਾਰਾਂ ਵਾਲਾ ਬੰਦਾ ਮਿਲ ਜੇ ਤੇ ਉਹੀ ਬੱਚੇ ਕਿੰਨੀ ਤਰੱਕੀ ਕਰ ਜਾਂਦੇ ਜੀ। ਉਹ ਇੱਥੇ ਇਹ ਨਹੀਂ ਗੱਲ ਵੀ ਸਾਰੇ ਨਿਰਾਸ਼ਾਵਾਦੀ ਆ, ਬੱਚੇ ਬੜੇ ਉੱਠਦੇ ਆ, ਉਹ ਛੇਤੀ ਘਰ ਵੀ ਬਣਾ ਲੈਂਦੇ ਆ, ਕਾਰਾਂ ਲੈ ਲੈਂਦੇ ਆ, ਮਿਹਨਤ ਕਰਦੇ ਆ, ਬਿਜ਼ਨਸ ਖੜੇ ਕਰ ਦਿੰਦੇ ਆ। ਤਾਂ ਇਸ ਕਰਕੇ ਜਿਹੜੇ ਉਹ ਨਿਰਾਸ਼ਾਵਾਦੀ ਬੱਚੇ ਆ, ਜਿਵੇਂ ਹੁਣ ਸਭ ਤੋਂ ਵੱਡੇ ਇੱਥੇ ਸੋਚਣ ਵਾਲੀ ਗੱਲ ਕੀ ਆ ਕਿ ਤੁਸੀਂ ਦੇਖਿਆ ਪਿਛਲੇ ਅੰਕੜੇ ਤੁਹਾਡੇ ਸਿਰ ਚੜ ਬੋਲਦੇ ਆ ਕਿ ਇੱਥੇ ਕਿੰਨੇ ਬੱਚੇ ਸੂਸਾਈਡ ਕਰ ਰਹੇ ਆ, ਪਾਣੀ 'ਚ ਡੁੱਬ ਕੇ ਮਰ ਰਹੇ ਆ। ਉੱਥੇ ਇੱਕ ਗੱਲ ਹੈ ਜਿਵੇਂ ਭੈਣ ਜੀ ਨੇ ਗੱਲ ਕਹੀ ਸੀ ਕਿ ਇਸ ਦੇਸ਼ ਦੀ ਆਪਦੀ ਸਭਿਅਤਾ, ਇੱਥੇ ਰਹਿਣ ਦਾ ਆਪਦਾ ਢੰਗ ਤਰੀਕਾ ਹੈ, ਤੁਸੀਂ ਕਦੇ ਕਿਸੇ ਨੂੰ ਉਹਦੇ ਇੰਟਰਸਟ ਨਾਲੋਂ ਤੋੜੋ ਨਾ, ਉਹਨੂੰ ਕਹੋ ਵੀ ਜਿਵੇਂ ਤੈਨੂੰ ਠੀਕ ਲੱਗਦਾ ਕਰ, ਪਰ ਵਧੀਆ ਸੋਸਾਇਟੀ 'ਚ ਰਹਿਣਾ, ਨਸ਼ਿਆਂ ਤੋਂ ਦੂਰ ਰਹਿਣਾ, ਜੋ ਸਾਡੀਆਂ ਗੱਲਾਂ ਸਮਝਾਉਣ ਦੀਆਂ ਬਣਦੀਆਂ ਉਹ ਜ਼ਰੂਰ ਉਹਨੂੰ ਕਹਿਣੀਆਂ ਚਾਹੀਦੀਆਂ। ਉਹ ਜਦੋਂ ਜਾਊਗਾ ਉਹ ਉਸ ਤਰ੍ਹਾਂ ਕਰੂਗਾ। ਹੁਣ ਸਾਡੇ ਉੱਥੇ ਕੀ ਆ ਕਿ ਇੱਕ ਪਿੰਡ 'ਚੋਂ ਚਾਰ ਪੰਜ ਜਵਾਕ ਆਏ ਹੁੰਦੇ ਆ, ਉਹ ਫਿਰ ਦੂਜਾ ਦੂਜੇ ਨੂੰ ਪੁੱਛਦਾ ਕਿ ਯਾਰ ਹੁਸ਼ਿਆਰਪੁਰ ਵਾਲੇ ਨੇ ਕਿੰਨੇ ਭੇਜ ਤੇ, ਮੇਰੇ ਵਾਲੇ ਤਾਂ ਯਾਰ 6 ਲੱਖ ਭੇਜਤਾ। ਉਹ ਫਿਰ ਦੂਜਾ ਆਪਦੇ ਵਾਲੇ ਨੇ ਗੱਲ ਪੈਂਦਾ ਯਾਰ ਉਹਨਾਂ ਦੇ ਮੁੰਡੇ ਨੇ ਇੰਨੇ ਭੇਜਤੇ, ਤੂੰ ਕੱਖ ਵੀ ਨਹੀਂ ਭੇਜਿਆ। ਉਹ ਜਦੋਂ ਜਵਾਕ ਨੂੰ ਕੰਪੈਲ ਕਰਦੇ ਆ, ਦੇਖੋ ਇੱਕ ਉਹਨੂੰ ਕੰਮ ਮਾਰਦਾ, ਦੂਜੀ ਉਹਨੂੰ ਪੜ੍ਹਾਈ ਮਾਰਦੀ, ਤੀਜਾ ਉਹਨੂੰ ਵਿਚਾਰੇ ਨੂੰ ਸੌਣ ਨੂੰ ਟਾਈਮ ਨਹੀਂ, ਚੌਥਾ ਘਰਦਿਆਂ ਦੇ ਫੋਨ ਆਉਣ ਲੱਗ ਗਏ, ਬੰਦਾ ਕੀ ਕਰੂਗਾ? ਫਿਰ ਬੰਦਾ ਫਾਲ ਪੈ ਜਾਂਦਾ ਵੀ ਯਾਰ ਮਾਰ ਸਾਲ ਜ਼ਿੰਦਗੀ ਖਤਮ ਕਰ। ਮੈਂ ਇਸ ਅੱਜ ਦੇ ਚੈਨਲ ਰਾਹੀਂ, ਇਸ ਮਾਧਿਅਮ ਰਾਹੀਂ ਉਹਨਾਂ ਬੱਚਿਆਂ ਨੂੰ ਸੁਝਾਅ ਦਿੰਦਾ ਕਿ ਜ਼ਿੰਦਗੀ ਤੁਹਾਨੂੰ ਇੱਕ ਵਾਰ ਮਿਲੀ ਆ, ਮਰਨ ਵਾਲਾ ਕਦੇ ਦਿਮਾਗ 'ਚ ਲਿਆਉਣਾ ਹੀ ਨਹੀਂ, ਸੁਸਾਈਡ ਕਦੇ ਕਰਨੀ ਹੀ ਨਹੀਂ, ਆਤਮ ਹੱਤਿਆ ਕਦੇ ਜ਼ਿੰਦਗੀ 'ਚ ਕਰਨੀ ਨਹੀਂ, ਕਿਉਂਕਿ ਜ਼ਿੰਦਗੀ ਸੰਘਰਸ਼ ਹੈ। ਸਾਡੇ ਗੁਰੂ ਸਾਹਿਬਾਨਾਂ ਦੀ ਜੀਵਨ ਦੇਖੋ ਪੂਰੇ ਦਾ ਪੂਰਾ, ਤਾਂ ਜ਼ਿੰਦਗੀ ਕਿੱਡੇ ਕਿੱਡੇ ਸੰਘਰਸ਼ਾਂ 'ਚ ਦੀ ਲੰਘੇ, ਕਦੇ ਮਰੇ ਉਹ, ਕਦੇ ਦਿਲ ਛੱਡਿਆ ਸਾਡੇ। ਤੁਸੀਂ ਹੋਰ ਉਹਨਾਂ ਉੱਚ ਕੋਟੀ ਦੇ ਯੋਧਿਆਂ ਨੂੰ ਦੇਖੋ, ਸ਼ਹੀਦਾਂ ਨੂੰ ਦੇਖੋ, ਕਦੇ ਉਹ ਮਰੇ ਤਾਂ ਨਹੀਂ, ਬੋਝਦਲ ਹੋ ਕੇ ਤਾਂ ਨਹੀਂ ਗਏ? ਅਸੀਂ ਕਾਹਦੇ ਵਾਸਤੇ ਬੋਝਦਲ ਹੋਣਾ? ਜ਼ਿੰਦਗੀ ਸੰਘਰਸ਼ ਹੈ ਕਿ ਜਿਉਂ ਤੇ ਉਹਨਾਂ ਨੂੰ ਕਹੋ ਆ ਜਿਹੜਾ ਕੁਝ ਚਾਹੁੰਦੇ ਸੀ ਅਸੀਂ ਕਰਕੇ ਦਿਖਾਤਾ, ਮਰਨਾ ਨਹੀਂ। ਮਤਲਬ ਇਸ ਪਾਸੇ ਛੇਤੀ ਕੀਤੇ ਮੈਂ ਅੱਗੇ ਵੀ ਬੱਚਿਆਂ ਨੂੰ ਇੱਕ ਰਿਕੁਐਸਟ ਕਰਦਾ ਹੁੰਦਾ, ਉਹਨਾਂ ਨੂੰ ਇੱਕ ਮੈਸੇਜ ਵੀ ਦਿੰਦਾ ਹੁੰਦਾ, ਉਹਨਾਂ ਨੂੰ ਵੱਡਾ ਹੋਣ ਦੇ ਨਾਤੇ ਇੱਕ ਸੁਝਾਅ ਵੀ ਦਿੰਦਾ ਹੁੰਦਾ, ਉਹਨਾਂ ਦੀ ਉਮਰ ਤੋਂ ਵੱਡਾ ਹੋਣ ਦੇ ਨਾਤੇ, ਵੀ ਇਹ ਪੁੱਤ ਜੀ ਤੁਸੀਂ ਕਦੇ ਨਹੀਂ ਸੋਚਣਾ ਕਿ ਅਸੀਂ ਮਰਨਾ, ਅਸੀਂ ਸੂਸਾਈਡ ਕਰਨੀ ਆ, ਬਿਲਕੁਲ ਨਹੀਂ ਕਰਨੀ, ਜ਼ਿੰਦਗੀ ਸੰਘਰਸ਼ ਹੈ। ਤੇ ਕਿਉਂਕਿ ਜੇ ਥੋੜੇ ਚਿਰ ਦੀ ਇੱਕ ਸਮੱਸਿਆ, ਜਿਵੇਂ ਮੌਤ ਦਾ ਖਿਆਲ ਤੁਹਾਡੇ ਮਨ 'ਚ ਆਇਆ, ਜਿਵੇਂ ਭੈਣ ਜੀ ਨੇ ਕਿਹਾ ਇੱਕ ਵਾਰੀ ਤੁਸੀਂ ਜਾ ਕੇ ਹੌਸਲਾ ਦਿੱਤਾ, ਉਹ ਭੁੱਲ ਜੂ, ਨਿਕਲ ਗਿਆ ਬਸ ਉਸ ਸਮੱਸਿਆ 'ਚੋਂ, ਤੇ ਜੇ ਉਸ ਟਾਈਮ ਧੋਖਾ ਖਾ ਗਿਆ ਤਾਂ ਜ਼ਿੰਦਗੀ ਗਈ। ਤੇ ਇਹ ਜ਼ਿੰਦਗੀ ਵਾਰ ਵਾਰ ਨਹੀਂ ਮਿਲਣੀ, ਇਹਨੂੰ ਸੰਭਾਲ ਕੇ ਰੱਖਣਾ ਚਾਹੀਦਾ, ਪੋਜ਼ਿਟਿਵ ਹੋ ਕੇ ਜ਼ਿੰਦਗੀ ਜਿਉਣੀ ਚਾਹੀਦੀ ਹੈ, ਚੰਗੇ ਵਿਚਾਰਾਂ ਨਾਲ ਜਿਉਣੀ ਹੋਣੀ ਚਾਹੀਦੀ ਹੈ, ਸੰਘਰਸ਼ ਕਰਨ ਦੀ ਥੋੜ੍ਹੇ 'ਚ ਹਿੰਮਤ ਹੋਣੀ ਚਾਹੀਦੀ ਆ, ਔਰ ਜੋਧੇ ਬਲਵਾਨ ਬਣਨ ਵਾਲੀ ਹਿੰਮਤ ਹੋਣੀ ਚਾਹੀਦੀ ਆ, ਬੋਝਦਲ ਨਹੀਂ। ਬੋਝਦਲ ਆਤਮ ਹੱਤਿਆ ਕਰਦੇ ਹੁੰਦੇ, ਮਰਦ ਕਦੇ ਆਤਮ ਹੱਤਿਆ, ਜਾਂ ਜਿਹੜੇ ਦਲੇਰ ਬੰਦੇ ਉਹ ਥੋੜ੍ਹੀ ਆਤਮ ਹੱਤਿਆ ਕਰਦੇ ਹੁੰਦੇ, ਤੇ ਇਸ ਕਰਕੇ ਆਤਮ ਹੱਤਿਆ ਦਾ ਤਾਂ ਵਿਚਾਰ ਹੀ ਨਹੀਂ ਲਿਆਉਣਾ ਕਦੇ ਮਨ 'ਚ। ਜੀ ਭੈਣ ਜੀ, ਆਪਣਾ ਸਮਾਂ ਵੀ ਆਲਮੋਸਟ ਲਗਭਗ ਕਹਿ ਲਈਏ ਕਿ ਸਮਾਪਤੀ ਵੱਲ, ਅਤੇ ਜਾਂਦੇ ਜਾਂਦੇ ਇੱਕ ਤਾਂ ਜਿਹੜਾ ਕਿਤੇ ਨਾ ਕਿਤੇ ਮੈਨੂੰ ਮਹਿਸੂਸ ਹੁੰਦਾ ਕਿ ਅਸੀਂ ਬੱਚੇ ਨੂੰ ਨਾ ਇੰਡੀਪੈਂਡੈਂਟ ਨਹੀਂ ਬਣਾਉਂਦੇ, ਅਸੀਂ ਹਮੇਸ਼ਾ ਹੀ ਉਹਦੀ ਹਰ ਵੇਲੇ ਟੇਕ ਕੇਅਰ ਕਰਦੇ ਰਹਿੰਦੇ, ਆ ਕਿਤੇ ਆਹ ਨਾ ਹੋ ਜਾਵੇ, ਕਿਤੇ ਆਏ ਨੁਕਸਾਨ ਨਾ ਕਰਦੇ, ਕਿਤੇ ਆਹ। ਤੁਹਾਨੂੰ ਕੀ ਲੱਗਦਾ ਕਿ ਮਾੜਾ ਮੋਟਾ ਜੇ ਕੋਈ ਉਹਨੂੰ ਨੁਕਸਾਨ ਕਰੂਗਾ ਤਾਂ ਸਿੱਖੂਗਾ? ਪਹਿਲਾਂ ਤਾਂ ਛੋਟਾ ਨੁਕਸਾਨ ਹੋਊਗਾ ਉਹਦੇ 'ਚੋਂ, ਅਤੇ ਕਈ ਵਾਰ ਅਸੀਂ ਉਹ ਚੀਜ਼ 'ਚੋਂ ਨਿਕਲਣ ਹੀ ਨਹੀਂ ਦਿੰਦੇ ਉਹਨੂੰ, ਅਤੇ ਉਹ ਬਾਅਦ 'ਚ ਮੁੜ ਕੇ ਕਈ ਵਾਰ ਉਹ ਬਹੁਤ ਵੱਡੇ ਨੁਕਸਾਨ ਕਰ ਜਾਂਦਾ। ਇਹਦੇ ਬਾਰੇ ਕੀ ਆ, ਅਤੇ ਜਾਂਦੇ ਜਾਂਦੇ ਮੈਸੇਜ ਕੀ ਦਿਓਗੇ? ਮੈਸੇਜ 'ਚ ਹੈ ਕਿ ਦੇਖੋ, ਜਦੋਂ ਸਾਡਾ ਬੱਚਾ ਹੁੰਦਾ ਨਾ, ਅਸੀਂ ਛੋਟਾ ਹੁੰਦੇ ਤਾਂ ਉਹਨੂੰ ਬੜੀ ਕੇਅਰ ਕਰਦੇ ਹਾਂ, ਫਿਰ ਉਹਨੂੰ ਵੱਡਾ ਹੋਰ ਹੀ ਨਹੀਂ ਦਿੰਦੇ ਅਸੀਂ, ਫਿਰ ਵੀ ਸਾਡੇ ਉਹ, ਮੈਂ ਆਪਣੀ ਵੀ ਗੱਲ ਕਰਾਂ ਜੀ, ਇਸ ਉਮਰ ਤੱਕ ਵੀ ਮੈਨੂੰ, ਜਦਕਿ ਬੱਚੇ ਉਹ ਆਪਣੀ ਸਭ ਕੁਛ ਕਰ, ਆਪਣੇ ਪੈਰਾਂ 'ਤੇ ਖੜੇ ਨੇ ਸਭ ਕੁਛ, ਫਿਕਰ ਮਾਂ ਬਾਪ ਨੂੰ ਇੱਕ ਫਿਕਰ ਹੁੰਦਾ, ਓਕੇ। ਮੈਂ ਜ਼ਰੂਰ ਕਹੂੰਗੀ ਕਿ ਉਹਨਾਂ ਨੂੰ ਖੁੱਲ੍ਹਾ ਦਿਓਗੇ ਅਸਮਾਨ, ਅਤੇ ਤਾਂ ਹੀ ਉਹ ਪੰਖ ਉਡਾਣਗੇ ਨਾ, ਅਤੇ ਉਹਦੇ ਪੰਖ ਰਾਹੀਂ ਖਿੱਚੇ ਜਾਣਗੇ ਤਾਂ ਉੜਨਗੇ ਕਿਸ ਤਰ੍ਹਾਂ। ਉਹਨਾਂ ਨੂੰ ਜ਼ਿੰਮੇਵਾਰ ਬਣਾਵਾਂਗੇ, ਕੁਛ ਪੇਰੈਂਟਸ ਨੂੰ ਪਿੱਛੇ ਹੋ ਕੇ ਦੇਖ ਲੈਣਾ ਚਾਹੀਦਾ ਵੀ ਹਾਂ ਬੱਚਾ ਮੇਰਾ ਨੁਕਸਾਨ ਨਾ ਹੋ ਜਾਵੇ, ਪਿੱਛੇ ਹੋ ਕੇ ਦੇਖੇ ਪੇਰੈਂਟਸ, ਲੇਕਿਨ ਉਹਨਾਂ ਨੂੰ ਖੁੱਲ੍ਹਾ ਛੱਡਣਾ ਪਏਗਾ, ਉਹਨਾਂ ਨੂੰ ਆਪਣੀ ਜ਼ਿੰਮੇਵਾਰ ਬਣਾਉਣਾ ਪਏਗਾ, ਉਹਨਾਂ ਨੂੰ ਆਪਣੇ ਛੋਟੇ ਛੋਟੇ ਕੰਮ ਖੁਦ ਸ਼ੁਰੂ ਤੋਂ ਹੀ ਛੋਟੇ ਛੋਟੇ ਕੰਮ ਆਪਣੇ ਕਰਨੇ ਸ਼ੁਰੂ ਕਰਨ। ਹੌਲੀ ਉਹਨਾਂ ਨੂੰ ਖਰਚੇ ਵਾਲਾ ਪਤਾ ਲੱਗੇ ਵੀ ਕਿੰਨੇ ਖਰਚੇ, ਕਿੰਨੇ ਉਹਨਾਂ 'ਚ ਮੈਂ ਮੈਨੇਜ ਕਰ ਸਕਦਾ, ਕਿੰਨੇ ਉਹਨਾਂ 'ਚ ਬਚਾਵਾਂ, ਕਿੰਨੇ ਫਿਊਚਰ 'ਚ ਮੇਰੇ ਕੰਮ ਆਣਗੇ, ਕਿੰਨੇ ਥੋੜ੍ਹੇ ਰਿਸੋਰਸਿਸ, ਮੇਰੇ ਕੋਲ ਜ਼ਿਆਦਾ ਰਿਸੋਰਸਿਸ ਹੈ ਪਰ ਮੈਂ ਥੋੜ੍ਹੇ ਯੂਜ਼ ਕਰਾਂ। ਇਹ ਸਾਰੀ ਚੀਜ਼ਾਂ ਲਈ ਬੱਚੇ ਨੂੰ ਥੋੜ੍ਹੀ ਦੇਰ ਇੰਡੀਪੈਂਡੈਂਟ ਕਰ ਦੇਣਾ ਚਾਹੀਦਾ। ਜਦੋਂ 18 ਸਾਲ, ਜਿਵੇਂ ਇੱਥੇ ਦੇਖੋ 18 ਸਾਲ ਦਾ ਬੱਚਾ ਇੰਡੀਪੈਂਡੈਂਟ ਹੋ ਜਾਂਦਾ, ਘਰਦਿਆਂ ਨੂੰ ਕੋਈ ਹੈ ਨਹੀਂ ਕਿ ਵੀ ਮੇਰਾ ਬੱਚਾ ਰਾਤ ਜਾਂ ਦੇਰ ਜਾਂ ਤੂੰ ਮੈਨੂੰ ਹੈ, ਤੈਨੂੰ ਐਨ ਹੋ ਜੇ, ਜਾਂ ਸਾਡੇ ਹਜੇ ਮਾਨਸਿਕਤਾ ਹੈ ਅਸੀਂ ਆਪਣੇ ਬੱਚਿਆਂ ਨਾਲ ਰਹਿੰਦੇ ਹਾਂ ਵੀ ਤੂੰ ਠੀਕ ਠਾਕ ਘਰ ਆ ਜੀ, ਤੂੰ ਠੀਕ ਠਾਕ ਇੱਦਾਂ ਹੋ ਜੇ, ਸਾਨੂੰ ਇੱਦਾਂ ਰਹਿੰਦਾ ਇੰਡੀਅਨ ਪੇਰੈਂਟਸ ਨੂੰ ਮੈਂ ਦੇਖਿਆ, ਪਰ ਥੋੜ੍ਹੀ ਦੇਰ ਮਗਰੋਂ ਬੱਚੇ ਨੂੰ ਇੰਡੀਪੈਂਡੈਂਟ ਜ਼ਰੂਰ ਛੱਡ ਦੇਣਾ ਚਾਹੀਦਾ। ਬਹੁਤ ਧੰਨਵਾਦ, ਤੁਸੀਂ ਟਾਈਮ ਕੱਢਿਆ ਅਤੇ ਸਾਡੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਬਹੁਤ ਸਾਰੀ ਜਿਹੜੀ ਜਾਣਕਾਰੀ ਦਿੱਤੀ, ਅਤੇ ਧੰਨਵਾਦ ਤੁਹਾਡਾ ਜੀ। ਅਤੇ ਸ਼ਰਮਾ ਜੀ, ਤੁਸੀਂ ਵੀ ਆਪਾਂ ਰੈਪ ਅਪ ਕਰ ਦਈਏ, ਅਤੇ ਕੀ ਕਹਿਣਾ ਚਾਹੋਗੇ ਐਂਡ 'ਤੇ, ਕੀ ਮੈਸੇਜ? ਮੈਸੇਜ ਇਹ ਹੈ ਕਿ ਜ਼ਿੰਦਗੀ ਜੀਓ ਜੀ।
क्योंकि जिंदगी एक बार मिली आ जी, तो यह जिंदगी मानना चाहिए, भोगना नहीं चाहिए। तो इस करके जो वह जिंदगी मानने वाले पासे आएंगे तो फिर वह चढ़ती कला जी रहेंगे, तो दुआ करता सारे चढ़ती कला च रहन। बहुत बहुत धन्यवाद जी, दोनों का ही तुहाडा बहुत बहुत धन्यवाद। तो तुसी जुड़े सीगे जी खुल्लियां गल्लां प्रोग्राम दे नाल। देखो इहदे च असीं हमेशा ही अवेयरनैस दीआं गल्लां वल तां लै के आउने, ते जिहदे विचों कुछ ना कुछ यूथ नूं ते जां साडे वड्डियां नूं भी बड़ा कुछ सीखण नूं मिलदा। कई चीज़ां होंदियां कि कई वार वह छोटियां तों भी तुहानूं बहुत वधिया सीखण नूं मिल सकदियां, जरूरी नहीं हुंदा हर चीज़ जिहड़ी, हर कोई बंदा हर चीज़ दे विच परफेक्ट नहीं हुंदा। जरूर कितों ना चंगी सलाह मिलदी है, जरूर लै लैनी चाहीदी है। तो अज जिहड़ा सानूं बहुत ही साडे सत्कारयोग भैन जी उषा शर्मा जी, तो शर्मा जी तो ऑलवेज तुसीं देखदे हो मेरे नाल, तो इन्हां दीआं गल्लां बातां तुहानूं किद्दां दीआं लगियां जरूर फीडबैक दिओ। मैसेज दा हमेशा ही तुहाडे दा इंतजार रहिंदा, तो चंगा लगे ना प्रोग्राम वध तों वध शेयर जरूर कर दिया करो, तां कि असीं जे चंगीआं चीज़ां अगे शेयर करांगे तो तां ही गांह दी गांह जिहड़ीआं चंगीआं चीज़ां अगे तक पहुँचदियां, तो उन्हां तों बहुत सारे बच्चों जिहड़ा हो सकता इहदे तों गल्लबात करके ते किसी एक दा भी कोई फायदा हुंदा, कोई भी इदां दी समस्या दे विच किते लग रिहा उहनूं तो जरूर साडा प्रोग्राम इह सुण के ते जरूर उहनूं लगेगा यार मैं जिंदगी जिंदगी जिउणी आ, जिंदगी नूं मानना, जिंदगी 'च बहुत कुछ करना। क्योंकि तुहाडे माँ प्यो होर तुहाडे जिहड़े रिश्तेदार तुहाडे नाल सके संबंधी आ ते उहनां नूं तुहाडे ते बहुत माण हुंदा, ते उह तुहाडे लम्मी उमर दी जिहड़ी दुआ करदे हुंदे आ। ते इही कहिंदे आ जिंदगी जिंदा बाद प्रोग्राम वध तों वध शेयर कर दिओ जी। प्रोग्राम देखने लई सारयां दा तहे दिलों धन्नवाद। सत श्री अकाल। सत श्री।